ਇਹ ਨਹੀਂ ਮੈਨੂੰ ਲੱਗਦਾ ਕਿ ਸੋਸ਼ਲ ਮੀਡੀਆ ਸਭ ਕੁਛ ਹੈ ਮੇਰੇ ਵੱਲੋਂ ਤਾਂ ਚਾਹੇ ਕਿੱਥੋਂ ਚੱਲੇ ਆਪਾਂ ਨਾ VCR ਤੋਂ ਫਿਰ ਸੀਡੀਆਂ ਫਿਰ ਇਹ ਹੁਣ ਤਾਂ ਚਲੋ ਜਨਰੇਸ਼ਨ ਬਹੁਤ ਚੇਂਜ ਹੋ ਗਈ ਬਟ ਮੈਂ ਨਵੀਂ ਜਨਰੇਸ਼ਨ ਨੂੰ ਬਹੁਤ ਦੇਖਦਾ ਜੱਜ ਕਰਦਾ ਉਹ ਇਹਨੂੰ ਦਿਲ ਤੇ ਬਹੁਤ ਲਾਉਂਦੇ ਆ ਉਹਨਾਂ ਨੂੰ ਐਲ ਜਿਵੇਂ ਤੁਸੀਂ ਗੱਲ ਕਹੀ ਹੈ ਲੜਦੇ ਆ ਫੋਨ ਕਰ ਕਰਕੇ ਕਮੈਂਟ ਨਹੀਂ ਕਰਿਆ ਓਏ ਜਦੋਂ ਤੁਸੀਂ ਕਮਾਈ ਕਰਦੇ ਹੋ ਜੇ ਤੁਹਾਡਾ ਇਹ ਪੈਸ਼ਨ ਹੈ ਨਾ ਫਿਰ ਤੁਸੀਂ ਜ਼ਰੂਰ ਆਓਗੇ ਦਿੱਤੇ ਹਾਂਜੀ ਤੁਹਾਡੇ ਆ ਬਟ ਜੇ ਸਾਰੀ ਦਿਹਾੜੀ ਐ ਕਰਨਾ ਤਾਂ ਉਹ ਮੈਨੂੰ ਲੱਗਦਾ ਜ਼ਿੰਦਗੀ ਉਹ ਮੌਕਾ ਸਮਾਂ ਉਹ ਦੁਆਰਾ ਨਹੀਂ ਹੋਣਾ ਜਿਹੜੇ ਸੋਸ਼ਲ ਮੀਡੀਆ ਜਿਨ੍ਹਾਂ ਦੇ 1 ਮਿਲੀਅਨ ਫਾਲੋਅਰ ਹੁੰਦੇ ਉਹਨਾਂ ਨੂੰ ਇਦਾਂ ਹੀ ਲੈ ਲੈਂਦੇ ਨੇ ਤੇ ਸਾਡੇ ਕੰਮ ਤੇ ਜ਼ਿਆਦਾ ਇਫੈਕਟ ਪੈ ਰਿਹਾ ਮੌਕਾ ਮਿਲਣਾ ਵੀ ਚਾਹੀਦਾ ਬਟ ਉਹਨੂੰ ਹੋਲਡ ਕਰਨਾ ਬਹੁਤ ਔਖਾ ਕਿਸੇ ਵੀ ਚੀਜ਼ ਨੂੰ ਫਿਲਮ 2 ਘੰਟੇ ਦੀ ਹੁੰਦੀ ਹੈ 15 ਸੈਕਿੰਡ ਦੀ ਨਹੀਂ ਹਨਾ ਉੱਥੇ ਪਤਾ ਲੱਗਦਾ ਵੱਡੇ ਵੱਡਿਆਂ ਦਾ ਜਾ ਕੇ ਫਿਰ ਐ ਲੱਗਦਾ ਕਿ ਰੀਲਾਂ ਬਹੁਤ ਵਧੀਆ ਨੇ ਸੌਖੀਆਂ ਨੇ ਬਣਾਉਣੀਆਂ ਨੇ ਹਨਾ ਗੁਰੀ ਵਾਂਗੂ ਇੱਕ Song ਗਾਣਾ ਹੈ ਤੁਸੀਂ ਆਹ ਜਵਾ ਹੀ ਉਲਟਾ ਹੋ ਗਿਆ ਕੰਮ ਮੈਨੂੰ ਮੇਰਾ ਆਵਾਜ਼ ਸੁਣ ਕੇ ਆਟੋ ਟਿਊਨਰ ਵੀ ਜਵਾਬ ਦੇ ਜਾਂਦਾ ਵੀ ਭਰਾ ਮੇਰੇ ਹੱਥ ਖੜੇ ਆ ਆਪਾਂ ਤੇ ਗਵਾੜਾ ਆ ਅੱਜ ਆਪਾਂ ਜਮਾ ਹੀ ਨਹੀਂ ਤੇ ਇੱਕ ਮਿਡਲ ਕਲਾਸ ਫੈਮਿਲੀ ਨੇ ਆਪਣੇ ਬੱਚਿਆਂ ਦੇ ਸਮੇਤ ਆਪਣੀ ਫੈਮਿਲੀ ਸਮੇਤ ਲੈ ਕੇ ਜਾਣਾ ਹੈ ਫਿਲਮ ਦੇਖਣ ਪੌਪਕਾਰਨ ਹੋ ਗਿਆ ਕੋਲਡ ਡਰਿੰਕ ਹੋ ਗਿਆ ਫਿਲਮ ਦੀ ਟਿਕਟਾਂ ਹੋ ਗਿਆ ਇਹਨੂੰ ਲਾ ਲਗਾ ਕੇ ਉਹ ਇੱਕ ਜਾਣੇ ਤੇ 1000-1200 ਚੱਲ ਜਾਂਦਾ ਜੇ ਤੁਸੀਂ ਪੂਰੀ ਫੈਮਿਲੀ ਲਗਾਓ ਤੇ 4-5000 ਚਲਾ ਗਿਆ ਤੇ ਤੁਹਾਨੂੰ ਨਹੀਂ ਲੱਗਦਾ ਥੋੜਾ ਉੱਥੇ ਵੀ ਡਾਊਨ ਆਣਾ ਚਾਹੀਦਾ ਹੈ ਰੇਟ ਨੂੰ ਥੋੜਾ ਡਾਊਨ ਮੈਂ ਕਹਿੰਦਾ ਖਾਣਾ ਹੀ ਕਿਉਂ ਪੌਪਕਾਰਨ ਸਾਰੇ ਸਵਾਲ ਕਰਦੇ ਆ ਇਹ ਘਰੋਂ ਰੋਟੀ ਖਾ ਕੇ ਜਾਓ ਅਸੀਂ ਤਾਂ ਬੰਨ ਕੇ ਜਾਂਦੇ ਸੀ ਰੋਟੀਆਂ ਉਧਰ ਥੋੜੀ ਖਾਣ ਦਿੰਦੇ ਆ 2 ਘੰਟੇ ਸਫ਼ਰ ਦਾ ਕਰੀ ਜਾਂਦਾ ਬੰਦਾ ਜੇ ਤੁਹਾਨੂੰ ਲੱਗਦਾ ਉਹ ਮਹਿੰਗੇ ਆ ਤਾਂ ਤੂੰ ਨਾ ਖਾਓ ਹਨਾ ਸਗੋਂ ਪਾਣੀ ਪੀਓ ਪਾਣੀ ਤਾਂ ਫ੍ਰੀ ਹੁੰਦਾ ਨਾ ਬਾਹਰ ਜਾਂਦੇ ਹੋ ਐਂਟਰਟੇਨਮੈਂਟਲੀ ਵੀ ਹਾਂ ਅਸੀਂ ਕੁਝ ਬਾਹਰ ਜਾ ਕੇ ਖਾਵਾਂਗੇ ਪੀਵਾਂਗੇ ਤੇ ਉਹ ਤੁਸੀਂ ਉੱਥੇ ਖਾ ਲਿਆ ਜਾਂ ਬਾਹਰ ਜਾ ਕੇ ਖਾ ਲਿਆ 2 ਘੰਟੇ ਤਾਂ ਇੰਨਾ ਕਿ ਉਹ ਹੁੰਦਾ ਨਹੀਂ ਹੈਗਾ ਜਨਰੇਸ਼ਨ ਅੱਜ ਦੀ ਡੇਟ ਡਿਪਰੈਸ਼ਨ ਬਹੁਤ ਆ ਫੈਮਿਲੀ 'ਚ ਖਾਸ ਤੌਰ 'ਤੇ ਜਿਹੜੇ ਬਾਹਰ ਰਹਿੰਦੇ ਆ ਜੇ ਤੁਸੀਂ 2 ਘੰਟੇ ਜ਼ਿੰਦਗੀ 'ਚ ਭੁੱਲ ਕੇ ਇੰਜੋਏ ਕਰਦੇ ਹੋ ਤਾਂ ਫਿਰ ਇਹ ਕੀਮਤ ਕੁਛ ਵੀ ਹੈ ਨਹੀਂ ਸਤਿ ਸ਼੍ਰੀ ਅਕਾਲ ਜੀ ਮੈਂ ਹੈਲੀਨ ਸਾਨੂੰ ਵਾਪਸ ਸਵਾਗਤ ਹੈ ਸਾਰਿਆਂ ਦਾ ਤੁਸੀਂ ਦੇਖ ਰਹੇ ਹੋ ਸਿਰਫ ਪੰਜਾਬੀ ਹੈ ਤੇ ਸਾਡੇ ਨਾਲ 2 ਕਾਕਾ ਜੀ ਬੈਠੇ ਨੇ ਜੋ ਦੋਨਾਂ ਦੀਆਂ ਲਾਈਫ ਵਿੱਚ 19-21 ਹੁੰਦੀ ਹੀ ਰਹਿੰਦੀ ਹੈ ਬਟ ਜਦੋਂ ਇਹ ਦੋਨੋਂ ਲਵਰ ਬਣੇ ਤਾਂ ਇਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਪੰਗੇ ਪਏ ਤੇ ਹੁਣ ਦੋਨੋਂ ਛੜੇ ਲਵਰ ਬਣਨ ਨੂੰ ਫਿਰ ਤਾਂ ਰਹੇ ਨੇ ਪਰ ਕਹਿ ਰਹੇ ਨੇ ਪਲੀਜ਼ ਕਿਲ ਮੀ ਇਸ ਲਈ ਸ਼ਾਇਦ 21 ਜੁਲਾਈ ਨੂੰ ਇਹ ਲੈ ਕੇ ਆ ਰਹੇ ਨੇ ਤੁਫੰਗ ਤੇ ਸਵਾਗਤ ਕਰ ਲੈਂਦੇ ਹਾਂ ਦੋਨਾਂ ਦਾ ਗੁਰੀ ਜੀ ਐਂਡ ਜਗਜੀਤ ਜੀ ਸਤਿ ਸ਼੍ਰੀ ਅਕਾਲ ਬਹੁਤ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਬਿਲਕੁਲ ਐਂਡ ਮੈਂ ਥੋੜੀ ਨਰਵਸ ਹੋ ਗਈ ਸੀ ਦੋਨਾਂ ਨੂੰ ਦੇਖ ਕੇ ਤੁਸੀਂ ਤਰਜਮਾ ਜੋੜਿਆ ਨਾ ਇਹ ਔਨ ਸਪੋਟ ਬਣਿਆ ਸੀ ਸ਼ਾਇਦ ਤਾਂ ਥੋੜਾ 19-21 ਮੇਰੇ ਵੱਲ ਹੋ ਗਈ ਸੀ ਨਹੀਂ 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 ਬਹੁਤ ਵਧੀਆ ਜੀ ਬਹੁਤ ਵਧੀਆ ਕੀ ਹਾਲ ਹੈ ਬਹੁਤ ਵਧੀਆ ਐਕਸਾਈਟਿਡ ਹੋ ਕਿ ਨਰਵਸ ਹੋ ਨਹੀਂ ਨਹੀਂ ਬਹੁਤ ਐਕਸਾਈਟਿਡ ਹਾਂ ਆਪਾਂ ਐਕਸਾਈਟਿਡ ਕੂਲ ਬੈਠੇ ਅਸੀਂ ਕੂਲ ਬੈਠੇ ਲੱਗ ਵੀ ਰਹੇ ਹੋ ਕੂਲ ਬੈਠੋ ਅੱਛਾ ਲਵਰ ਤੋਂ ਬਾਅਦ ਤੁਫੰਗ ਆ ਰਹੀ ਹੈ ਕਿ ਮਤਲਬ ਕੁੜੀ ਦੇ ਪਿੱਛੇ ਤੁਸੀਂ ਲੜਾਈਆਂ ਹੀ ਕਰਨੀਆਂ ਹੁਣ ਨਹੀਂ ਉਹ ਤੁਸੀਂ ਤੁਫੰਗ ਦੇਖ ਕੇ ਦੱਸੋ ਲੜਾਈਆਂ ਕਰ ਰਿਹਾ ਜਾਂ ਨਹੀਂ ਕਰ ਰਿਹਾ ਅੱਛਾ ਹਾਂ ਇਹ ਤੇ ਟ੍ਰੇਲਰ ਸੀ ਟ੍ਰੇਲਰ 'ਚ ਕੁਝ ਵੀ ਦਿਖਾ ਸਕਦੇ ਸੀ ਇਹਦੇ 'ਚ ਤਾਂ ਕੁੜੀ ਲੜਾਈਆਂ ਲੈ ਰਹੀ ਹੈ ਕੁੜੀ ਨੂੰ ਰੋਕ ਰਹੇ ਇਹਦੇ ਵਿੱਚ ਤਾਂ ਅਸੀਂ ਸਮਝਾਉਣਾ ਪੈ ਰਿਹਾ ਅੱਛਾ ਉਲਟਾ ਹੈ ਇਸ ਵਿੱਚ ਕਿਤੇ ਅੱਛਾ ਟ੍ਰੇਲਰ ਨੂੰ ਦੇਖ ਕੇ ਆਪਾਂ ਸਵਾਲ ਪੁੱਛਾਂਗੇ ਸਾਨੂੰ ਲੱਗਾ ਕਿ ਸਾਡਾ ਗੁਰੀ ਨੂੰ ਵਿਗਾੜਿਆ ਹੋਇਆ ਹੈ ਬੰਦੇ ਨੇ ਨਹੀਂ 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 ਕੁੜੀ ਨੂੰ ਅਸੀਂ ਰੋਕ ਰਿਹਾ ਸਗੋ ਕੁੜੀ ਥੋੜਾ ਕੁੜੀ ਵਿਗੜੀ ਹੋਈ ਹੈ ਉਹਨੂੰ ਕੰਟਰੋਲ ਚ ਕਰਿਆ ਅੱਛਾ ਦੱਸੋ ਫਿਰ ਜੋ ਅਸਲ ਜ਼ਿੰਦਗੀ ਦੇ ਵਿੱਚ ਅੱਜ ਕੱਲ ਦਾ ਜਮਾਨਾ ਅਸੀਂ ਦੇਖਦੇ ਆ ਤੇ ਕੁੜੀਆਂ ਵਾਕੀ ਤੁਫੰਗ ਲੈ ਕੇ ਨਿਕਲੀਆਂ ਹੋਈਆਂ ਮਤਲਬ ਦਮਦਾਰ ਕੁੜੀਆਂ ਨੇ ਹਾਂ ਬਿਲਕੁਲ ਬਹੁਤ ਸਟਰੋਂਗ ਕੈਰੈਕਟਰ ਨੇ ਉਹਨਾਂ ਦੇ ਉਹ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗੂਗਾ ਵੀ ਕਿੱਦਾਂ ਉਹ ਆਪਣੇ ਹੱਕਾਂ ਲਈ ਖੜਦੀਆਂ ਨੇ ਤੇ ਲੜਦੀਆਂ ਨੇ ਠੀਕ ਹੈ ਤੇ ਜਿਹੜਾ ਜਗਜੀਤ ਜੀ ਕਹਿ ਰਹੇ ਨੇ ਹੱਕਾਂ ਲਈ ਲੜਦੀਆਂ ਤੇ ਖੜਦੀਆਂ ਨੇ ਤੇ ਅੱਜ ਦੇ ਜ਼ਮਾਨੇ ਵਿੱਚ ਅਗਰ ਮੈਂ ਪੁੱਛਾਂ ਕਿ ਵਾਕਈ ਕੁੜੀਆਂ ਇਦਾਂ ਕਰ ਸਕਦੀਆਂ ਨੇ ਜਾਂ ਕਰ ਰਹੀਆਂ ਨੇ ਕਰ ਰਹੀਆਂ ਨੇ ਸਮਾਂ ਬਹੁਤ ਚੇਂਜ ਹੋ ਗਿਆ ਅੱਜ ਦੀ ਡੇਟ 'ਚ ਉਹ ਚੀਜ਼ਾਂ ਨਹੀਂ ਰਹੀਆਂ ਹਨਾ ਜੋ ਅਸੀਂ ਬਚਪਨ 'ਚ ਸੁਣੀਆਂ ਸੀ ਨਾ ਵੀ ਇੱਕ ਵਾਰ ਜਿੱਥੇ ਜਾਓ ਉੱਥੇ ਹੀ ਬੈਠੇ ਰਹੋ ਹਨਾ ਥੋੜ੍ਹੀ ਜਿਹੀ ਲਿਬਰਟੀ ਜ਼ਿਆਦਾ ਹੋ ਗਈ ਲੋਕ ਵੀ ਸਿਆਣੇ ਹੋ ਗਏ ਪੜ੍ਹਾਉਂਦੇ ਵੀ ਹੈ ਐਜੂਕੇਸ਼ਨ ਨੇ ਬਹੁਤ ਲੈਵਲ ਜਿਹੜਾ ਚੱਕਿਆ ਹੈ ਨਾ ਅਬਰੋਡ ਹੋ ਗਏ ਬਾਹਰ ਜਾਣ ਲੱਗ ਗਏ ਐ ਤਾਂ ਹੈ ਨਹੀਂ ਵੀ ਉਹਨੂੰ ਪੜ੍ਹਾ ਲਿਆ ਕੁੜੀ ਨੂੰ ਪੜ੍ਹਾਉਂਦੇ ਸਗੋਂ ਕੁੜੀਆਂ ਜ਼ਿਆਦਾ ਪੜ੍ਹਦੀਆਂ ਨਾ ਫਸਟ ਵੀ ਆਉਂਦੇ ਹਾਂ ਚੀਜ਼ਾਂ ਉਹ ਤਾਂ ਹਮੇਸ਼ਾ ਹੀ ਰਿਹਾ ਸਕੂਲ ਤੋਂ ਹੀ ਲਿਆ ਨਾ ਤੇ ਹੁਣ ਚੀਜ਼ਾਂ ਬਹੁਤ ਬਦਲ ਗਈਆਂ ਤਾਂ ਵਧੀਆ ਚੀਜ਼ ਹੈ ਥੋੜਾ ਜਿਹਾ ਉਹਦੇ ਨਾਲ ਉਹ ਹੋ ਗਿਆ ਅਜੇ ਤੁਸੀਂ ਇੱਕ ਬੁੱਕ ਪੜ੍ਹ ਰਹੇ ਸੀ ਤੇ ਉਦਾਂ ਸਟੱਡੀ ਕਰਦੇ ਉਦਾਂ ਰੀਡਿੰਗ ਕਰਦੇ ਰਹਿੰਦੇ ਹਾਂ ਮੈਂ ਪੜ੍ਹ ਲੈਂਦਾ ਇਹ ਹਰੇਕ ਇੰਟਰਵਿਊ ਤੋਂ ਬਾਅਦ ਪਹਿਲਾਂ ਤੇ ਬਾਅਦ ਮੈਂ ਤਿਆਰੀ ਕਰਦਾ ਹਾਂ ਤੇ ਜੋ ਔਖੇ ਸਵਾਲ ਪੁੱਛਣਗੇ ਫਿਰ ਮੈਂ ਉਹਦਾ ਕੀ ਆਨਸਰ ਦੇਣਾ ਉਹ ਬੁੱਕਸ 'ਚੋਂ ਕਿੱਥੋਂ ਲੱਭੂਗਾ ਵੈਸੇ ਲੱਭਣਾ ਹਰ ਚੀਜ਼ ਜ਼ਿੰਦਗੀ ਦਾ ਆਨਸਰ ਬੁੱਕਸ 'ਚ ਹੈਗਾ ਹੀ ਸਭ ਕੁਝ ਇੰਨਾ ਜਾਏ ਰਾਈਟ ਅੱਛਾ ਆਪਾਂ ਲਵਰ ਤੇ ਤੁਫੰਗ ਤੇ ਦੋਨਾਂ ਧਿਆਨ ਨਹੀਂ ਲਵਰ ਤੋਂ ਬਾਅਦ ਕਿਉਂਕਿ ਹੁਣ ਤੁਸੀਂ ਜਾ ਕੇ ਮਿਲ ਰਹੇ ਹੋ ਕਿਉਂਕਿ ਤੁਸੀਂ ਬਹੁਤ ਬਿਜ਼ੀ ਚੱਲ ਰਹੇ ਹੋ ਤੇ ਜਦੋਂ ਲਵਰ ਮੂਵੀ ਅਸੀਂ ਸਿਨੇਮਾ ਥੀਏਟਰ 'ਚ ਦੇਖੀ ਮਤਲਬ ਹਰ ਇੱਕ ਕਹਿ ਰਿਹਾ ਹੈਰਾਨ ਹੋ ਗਿਆ ਸੀ ਕਿ ਇੱਦਾਂ ਦਾ ਕੋਨਸੈਪਟ ਇੱਦਾਂ ਦੀ ਡਾਇਰੈਕਸ਼ਨ ਇੱਦਾਂ ਦੀ ਪੂਰੀ BGM ਕਹਿ ਲਓ ਹੈ ਨਾ ਸਾਰੀ ਚੀਜ਼ਾਂ ਇੱਕ ਪੰਜਾਬੀ ਇੰਡਸਟਰੀ ਵਿੱਚ ਆਉਣਾ ਬਹੁਤ ਹੀ ਵਾਹ ਵਾਹੀ ਵਾਲੀ ਗੱਲ ਹੈਗੀ ਹੈ ਤੁਫੰਗ ਦੇ ਮੈਂ ਕਮੈਂਟਸ ਪੜ੍ਹ ਰਹੀ ਸੀ ਲਗਾਤਾਰ ਤੇ ਜੈ ਅਤੇ ਗੁਰੀ ਨੂੰ ਇੱਕ ਬਹੁਤ ਹੱਲਾਸ਼ੇਰੀ ਮਿਲ ਰਹੀ ਹੈ ਕਿ ਯੈਸ ਦੇ ਆਰ ਦਾ ਫਿਊਚਰ
ਬਿਲਕੁਲ ਮਿਲਦਾ ਹੁਣ ਸਾਰੇ ਆਹ ਚੀਜ਼ ਦੇ ਪਿੱਛੇ ਜਾ ਰਹੇ ਨੇ ਹਰ ਕੋਈ ਮਿਲਾ ਦਾ ਡਿਫਰੈਂਟ ਕਰਨ ਦੀ ਕੋਸ਼ਿਸ਼ ਕਰ ਰਿਹਾ ਮਿਲਾ ਦਾ ਅਸੀਂ ਸਾਨੂੰ ਹਮੇਸ਼ਾ ਤੋਂ ਇਹ ਹੁੰਦਾ ਸੀ ਕੁਛ ਡਿਫਰੈਂਟ ਕਰੀਏ ਕੁਛ ਅਲੱਗ ਹੋਵੇ ਅਤੇ ਐਂ ਨਾ ਲੱਗੇ ਵੀ ਸੇਮ ਜਿਹੀਆਂ ਚੀਜ਼ਾਂ ਆ ਰਹੀਆਂ ਨੇ ਤਾਂ ਹੁਣ ਉਹ ਲਵਰ ਵਾਲਾ ਕਰੈਕਟਰ ਸੀ ਉਹ ਡਿਫਰੈਂਟ ਸੀ ਅਟ੍ਰੈਕਸ਼ਨ ਡਿਫਰੈਂਟ ਸੀ ਨਾ ਸਾਰੀ ਉਹ ਥੀਮ ਹੀ ਡਿਫਰੈਂਟ ਸੀ ਸਾਰੀ ਤਾਂ ਹੁਣ ਇਹ ਕਰੈਕਟਰ ਆ ਜਿਹੜਾ ਇਹ ਸਟੋਰੀ ਲਾਈਨ ਆ ਨਾ ਇਹ ਮੋਸਟਲੀ ਮਿਲਾ ਦਾ ਇਹ ਚੀਜ਼ਾਂ 'ਤੇ ਆਪਣੇ ਪੰਜਾਬ 'ਚ ਫਿਲਮਾਂ ਘੱਟ ਬਣਦੀਆਂ ਨੇ ਤਾਂ ਉਹ ਸਾਰੀਆਂ ਪੁਰਾਣੀਆਂ ਚੀਜ਼ਾਂ ਨੂੰ ਜੋੜ ਜੋੜ ਕੇ ਨਾਲ ਅੱਜ ਦਾ ਟਾਈਮ ਜੋ ਚੱਲ ਰਿਹਾ ਉਹਨੂੰ ਇਕੱਠਾ ਕਰਕੇ ਮਿਲਾ ਦਾ ਮੂਵੀ ਬਣਾਈ ਆ ਜਿਹੜੀ ਸਟੋਰੀ ਘੁੰਮਦੀ ਆ ਤਾਂ ਲੈਗਸੀ ਇੱਕ ਚੱਲੀ ਆ ਰਹੀ ਹੈ ਜਿਹੜੀ ਉਹਨਾਂ ਦੀ ਉਹਦੇ ਨਾਲ ਕਨੈਕਟ ਕਰਕੇ ਅੱਜ ਦੇ ਵਿੱਚ ਉਹ ਕਿਵੇਂ ਕੰਮ ਕਰ ਰਹੀ ਹੈ ਕਿਵੇਂ ਵਰਕ ਕਰ ਰਹੀ ਹੈ ਉਹ ਦੱਸਿਆ ਜਾਊਗਾ ਜੀ। ਜਗਜੀਤ ਜਦੋਂ ਤੁਸੀਂ ਇੰਡਸਟਰੀ ਦੇ ਵਿੱਚ ਆਏ ਸੀ ਤੁਹਾਡੇ ਹਰ ਇੱਕ ਕਰੈਕਟਰ ਨੂੰ ਮੈਂ ਬਹੁਤ ਪਸੰਦ ਕਰਦੀ ਸੀ ਕਿਉਂਕਿ ਲੱਗਦਾ ਸੀ ਕਿ ਇੱਕ ਕਰੈਕਟਰ ਆਰਟਿਸਟ ਜਿਹਨੂੰ ਕੁਛ ਵੀ ਜਿਹਨੂੰ ਮਰਜ਼ੀ ਕਰਾ ਲਓ ਕਰ ਲੈਂਦੇ ਆ ਅਤੇ ਜਦੋਂ ਤੁਸੀਂ ਇੰਨੀ ਸਾਰੀ ਕਰੈਕਟਰ ਆਰਟਿਸਟ ਬੇਸ ਇੰਨੀ ਚੀਜ਼ਾਂ ਕਰ ਲਈਆਂ ਅਤੇ ਇੱਦਾਂ ਦਾ ਕੀ ਰਹਿ ਗਿਆ ਹੁਣ ਜੋ ਤੁਸੀਂ ਸੁਪਨਾ ਸਾਕਾਰ ਕਰਨਾ ਡਰੀਮ ਕੀ ਰਹਿ ਗਿਆ? ਉਹ ਜਿਹੜਾ ਖੜੇ ਹੀ ਬੰਦੂਕ ਲਈ ਖੜਾ ਇਹ ਰਹਿ ਗਿਆ ਸੀਗਾ। ਮੈਂ ਚਾਹੁੰਦਾ ਸੀਗਾ ਵੀ ਥੋੜ੍ਹਾ ਜਿਹਾ ਜਿਹੜਾ ਇਹ ਪੱਖ ਵੀ ਦੇਖਾਇਆ ਜਾਵੇ ਕਿ ਲੋਕ ਮੈਨੂੰ ਉਸ ਤਰੀਕੇ ਨਾਲ ਨਾ ਜੱਜ ਕਰਨ ਵੀ ਜਦੋਂ ਇਹ ਮੌਕਾ ਮਿਲਿਆ ਤਾਂ ਮੈਂ ਨਿਰਾਸ਼ ਨਹੀਂ ਕਰੂੰਗਾ ਤਾਂ ਤੂਫੰਗ ਦੇ ਵਿੱਚ ਉਹ ਮੌਕਾ ਮਿਲਿਆ। ਬਟ ਐਜ਼ ਅ ਵਿਲਨ ਹੋ ਨਾ ਇਹ ਚ ਤੁਸੀਂ ਕਹਿ ਨਹੀਂ ਸਕਦੇ ਤੁਸੀਂ ਫਿਲਮ ਦੇਖ ਕੇ ਡਿਸਾਈਡ ਕਰੋਗੇ ਜਾ ਕੇ ਤੁਸੀਂ ਕਨਫਿਊਜ਼ ਹੋਵੋਗੇ ਕਿ ਵੀ ਇਹਨੂੰ ਕੀ ਕਹੀਏ ਵੀ ਇਹਨੂੰ ਅਸੀਂ ਪਿਆਰ ਕਰੀਏ ਜਾਂ ਇਹਨੂੰ ਗਾਲਾਂ ਕੱਢੀਏ ਇਹ ਕਹਿ ਨਹੀਂ ਸਕਦੇ ਹੁਣ ਅਸੀਂ ਦੁਸ਼ਮਣ ਆ ਜਾਂ ਨਹੀਂ ਆ ਉਹ ਫਿਲਮ ਦੇਖ ਕੇ ਦੱਸੋਗੇ ਵੀ ਉਹ ਚ ਕੀ ਬੜਾ ਕਨਫਿਊਜ਼ ਜਿਹਾ ਰੱਖਿਆ ਚੀਜ਼ਾਂ ਦੀਆਂ ਉਹੀ ਕਹਿਣਾ ਤੁਸੀਂ ਫਿਲਮ ਦੇਖ ਕੇ ਸ਼ਾਇਦ ਤੁਹਾਨੂੰ ਜ਼ਿਆਦਾ ਪਤਾ ਲੱਗੂ। ਦ ਬੈਸਟ ਥਿੰਗ ਕਿ ਟ੍ਰੇਲਰ ਚ ਕੁਝ ਰਿਵੀਲ ਹੋਇਆ ਹੀ ਨਹੀਂ ਹੈ ਮਤਲਬ ਆਪਾਂ ਟ੍ਰੇਲਰ ਬੇਸ ਤੇ ਗੱਲਬਾਤ ਕਰ ਹੀ ਨਹੀਂ ਸਕਦੇ ਕੁਝ ਨਿਕਲ ਹੀ ਨਹੀਂ। ਦੇਖੋ ਉਹ ਤਾਂ ਚਲੋ ਹੈ ਹੀ ਹੈ ਕਿ ਤੁਸੀਂ ਤਾਂ ਇੱਕ ਵਾਰ ਟ੍ਰੇਲਰ ਹੀ ਦੇਖਿਆ ਹੋ ਪਰ ਫਿਲਮ ਦੇਖੋਗੇ ਜਦੋਂ ਉਦੋਂ ਵੀ ਜ਼ਿਆਦਾ। ਓਕੇ ਜਸ ਮਾਨਕ ਦੇ ਇਸ ਵਿੱਚ ਵੀ ਇੱਕ ਗਾਣਾ ਹੈਗਾ ਹੈ ਪਿਛਲੀ ਮੂਵੀ 'ਚ ਵੀ ਸੀਗਾ ਅਤੇ ਉਹਨਾਂ ਨਾਲ ਉਹਨਾਂ ਫਿਲਮਾਂ 'ਚ ਤੁਹਾਡੇ ਨਾਲ ਦੁਬਾਰਾ ਕਦੋਂ ਅਸੀਂ ਦੇਖ ਰਹੇ ਹਾਂ ਫਿਲਮਾਂ ਦੇ ਵਿੱਚ? ਹਾਂ ਫਿਊਚਰ 'ਚ ਜ਼ਰੂਰ ਹਜੇ ਪਰ ਪਲਾਨ ਉਹ ਚੀਜ਼ਾਂ ਕਰਾਂਗੇ ਅੱਗੇ ਜਾ ਕੇ ਮੇ ਬੀ ਜੱਟ ਬ੍ਰਦਰ ਅਸੀਂ ਅਗਲੀ ਵੀ ਕਦੇ ਜਦੋਂ ਕਰਾਂਗੇ। ਹਾਂ ਠੀਕ ਹੈ। ਵੈਸੇ ਬਹੁਤ ਜ਼ਿਆਦਾ ਇੰਪਰੂਵਮੈਂਟ ਆਈ ਅਗਰ ਜਗਜੀਤ ਮੈਂ ਪੁੱਛਿਆ ਕਿ ਗੁਰੀ 'ਚ ਲਵਰ ਤੋਂ ਲੈ ਕੇ ਤੂਫੰਗ ਤੱਕ ਕਿੰਨੀ ਇੰਪਰੂਵਮੈਂਟ ਆਈ ਕੀ ਕਹੋਗੇ? ਹਾਂ ਮੈਂ ਜਦੋਂ ਲਵਰ ਦੇਖੀ ਸੀ ਮੈਨੂੰ ਲੱਗਿਆ ਸੀ ਬਹੁਤ ਮਚਿਓਰ ਫਿਲਮ ਹੈ ਵੀ ਹਰ ਪੱਖੋਂ ਡਾਇਰੈਕਸ਼ਨ ਪੱਖੋਂ ਵੀ ਹਰ ਚੀਜ਼ ਪੱਖੋਂ ਜਿਹਨੂੰ ਕਹਿੰਦੇ ਕੰਪੋਜ਼ਡ ਫਿਲਮ ਹੈ ਪੂਰੀ ਉਹ ਤਾਂ ਜਿਉਂ ਜਿਉਂ ਬੰਦਾ ਕੰਮ ਕਰਦਾ ਕੈਮਰੇ ਅੱਗੇ ਤਾਂ ਮਚਿਓਰਟੀ ਆਉਂਦੀ ਹੈ ਨਾ ਕਿਉਂਕਿ ਫਿਲਮ ਇੱਕ ਅਲੱਗ ਮੀਡੀਅਮ ਹੈ ਤਾਂ ਮੈਨੂੰ ਲੱਗਦਾ ਹੁੰਦਾ ਕਿ 2 ਘੰਟੇ ਦੀ ਫਿਲਮ ਹੋਲਡ ਕਰਨੀ ਬਹੁਤ ਔਖੀ ਹੁੰਦੀ ਹੈ ਕਿਸੇ ਲਈ ਅਤੇ ਮੈਨੂੰ ਬਹੁਤ ਵਧੀਆ ਲੱਗੀ ਸੀ ਫਿਲਮ ਉਹ ਲਵਰ ਅਸੀਂ ਦੇਖੀ ਸੀ ਜਦੋਂ ਇਕੱਠਿਆਂ ਨੇ ਦੇਖੀ ਸੀ ਅਸੀਂ ਪ੍ਰੀਮੀਅਰ ਤੇ ਹੀ ਸੋ ਹਾਂ ਪ੍ਰੀਵਿਊ 'ਤੇ ਅਤੇ ਮੈਂ ਕਿਹਾ ਵੀ ਸੀ ਸਪੈਸ਼ਲ ਬਾਈ ਨੂੰ ਵੀ ਇੱਧਰ ਮੀਡੀਆ 'ਚ ਘਿਰਿਆ ਆਇਆ ਸੀਗਾ ਫਿਰ ਮੈਂ ਨਿਕਲ ਗਿਆ ਮੈਂ ਚਲੋ ਫਿਰ ਕਦੇ ਮਿਲਾਂਗੇ ਪਰ ਬਹੁਤ ਸੋਹਣੀ ਫਿਲਮ ਸੀਗੀ ਜਿਉਂ ਜਿਉਂ ਬੰਦਾ ਕੰਮ ਕਰਦਾ ਕਿ ਉਹਦੇ ਨਾਲ ਇੱਕ ਮਚਿਓਰਟੀ ਆਉਂਦੀ ਆ ਇਹਦੇ 'ਚ ਵੀ ਤੁਹਾਨੂੰ ਲੱਗ ਕੇ ਸਮਝੀ ਦਿਖੂਗੀ ਇਹ 'ਚ ਜਦੋਂ ਜਿਉਂ ਜਿਉਂ ਬੰਦਾ ਕੈਮਰੇ 'ਤੇ ਨਿਕਲੀ ਜਾਂਦਾ ਉਹ ਪ੍ਰੋਸੈਸ 'ਚੋਂ ਹੈ ਨਾ ਯੂਜ ਟੂ ਹੋਈ ਜਾਂਦਾ ਇਹਦੇ 'ਚ ਵੀ ਵੱਖਰਾ ਕਿਸਮ ਦਾ ਕੰਮ। ਅੱਛਾ ਤੁਸੀਂ ਕੁਝ ਸਮਝਾਉਂਦੇ ਸੀ ਸੈੱਟ 'ਤੇ ਇਹਨਾਂ ਨੂੰ? ਨਹੀਂ ਬਹੁਤ ਕੁਛ ਸਿੱਖਦਾ ਵੀ ਹੈ ਬੰਦਾ ਸਮਝਾਉਣਾ ਤਾਂ ਬਣਦਾ ਵੀ ਸੀ ਇਹਨਾਂ ਦਾ ਸਮਝਾਉਣਾ ਤਾਂ ਕੀ ਨਹੀਂ ਪਰ ਅਸੀਂ ਪਹਿਲਾਂ ਡਿਸਕਸ ਬਹੁਤ ਕਰ ਲਈ ਸੀ ਕਿ ਇਹ ਕਰੈਕਟਰ ਨੂੰ ਆਪਾਂ ਐਂ ਲਿਜਾਈਏ ਤਾਂ ਜਿਹੜੇ ਇਹ ਡਾਇਲੋਗਸ ਪਹਿਲਾਂ ਆ ਰਹੇ ਇਹਨੂੰ ਆਪਾਂ ਬਾਅਦ 'ਚ ਰੱਖਦੇ ਹਾਂ ਤਾਂ ਉਹ ਇੱਕ ਕਲੈਕਟਿਵ ਟੀਮ ਵਰਕ ਹੁੰਦਾ ਨਾ। ਅਗਰ ਦੇਖਿਆ ਜਾਵੇ ਤਾਂ ਜੋ ਤੁਹਾਡੇ ਡਾਇਰੈਕਟਰ ਵੀ ਹੈਗੇ ਕੇਦਾਰਨਾਥ ਜੀ ਅਤੇ ਈਵਨ ਕਿ ਜੋ ਪ੍ਰੋਡਕਸ਼ਨ ਹਾਊਸ ਤੁਹਾਡੇ ਬਹੁਤ ਜ਼ਿਆਦਾ ਸਕ੍ਰਿਪਟਿੰਗ 'ਤੇ ਬਹੁਤ ਜ਼ਿਆਦਾ ਮਿਹਨਤ ਕਰਦੇ ਮੈਨੂੰ ਲੱਗਦਾ ਜੋ ਤੁਸੀਂ ਇਹਨੂੰ ਜ਼ਿਆਦਾ ਬਾਖੂਬੀ ਨਾਲ ਜਾਣਦੇ ਹੋ ਮੈਨੂੰ ਲੱਗਦਾ ਫਲੋਰ 'ਤੇ ਮਿਹਨਤ ਕਰਨ ਨਾਲੋਂ ਤੁਸੀਂ ਜਿਹੜੀ ਪਹਿਲਾਂ ਪ੍ਰੀ ਵਰਕ 'ਚ ਕਰ ਲੈਂਦੇ ਹੋ ਉਹਦੇ ਵਰਗੀ ਰੀਸ ਨਹੀਂ ਹੈ ਅਤੇ ਦੂਜਾ ਜਦੋਂ ਤੁਸੀਂ ਸ਼ੂਟ ਕਰਦੇ ਹੋ ਤੁਸੀਂ ਡਬਲ ਮਾਈਂਡ ਨਹੀਂ ਹੁੰਦੇ ਵੀ ਆਹ ਕਰੀਏ ਜਾਂ ਕੀ ਇਹਨੂੰ ਕਿੱਧਰ ਨੂੰ ਲੈ ਕੇ ਜਾਈਏ ਤੁਸੀਂ ਪਹਿਲਾਂ ਹੀ ਸ਼ੋਟਡ ਹੁੰਦੇ ਹੋ ਵੀ ਆਪਾਂ ਨੇ ਆਹ ਹੀ ਸ਼ੂਟ ਕਰਨਾ ਹੈ ਮਿਲਾ ਉਹ ਹੀ ਚੱਕਰ 'ਚ ਆਪਣਾ 30 ਦਿਨ ਦਾ ਸਾਡਾ ਸ਼ੂਟ ਪਲਾਨ ਹੋਇਆ ਸੀ ਅਤੇ ਉਹ 26 ਦਿਨਾਂ 'ਚ ਕੰਪਲੀਟ ਹੋ ਗਿਆ ਸਾਡਾ ਕਿਉਂਕਿ ਉਹ ਪ੍ਰੀ ਵਰਕ 'ਚ ਇਕੱਲੇ ਇਕੱਲੇ ਕਰੈਕਟਰ 'ਤੇ ਅਸੀਂ ਇਕੱਲੇ ਇਕੱਲੇ ਸੀਨ 'ਤੇ ਪਹਿਲਾਂ ਹੀ ਵਰਕ ਕੀਤਾ ਹੁੰਦਾ ਸਾਰੀ ਟੀਮ ਨੇ। ਠੀਕ ਹੈ ਹੁਣ ਮੇਰੇ ਕੋਲ ਗੇਮ ਹੈਗੀ ਆ ਇੱਕ ਅਤੇ ਇਹ ਜਿੱਦਾਂ ਗੈਸ ਦਾ ਮੂਵੀ ਨੇਮ ਹੈ ਅਤੇ ਜੋ ਪਹਿਲਾਂ ਹੱਥ ਖੜਾ ਕਰ ਮੈਨੂੰ ਮੂਵੀ ਦਾ ਨਾਂ ਯਾਦ ਨਹੀਂ ਰਹਿੰਦਾ ਹੈਗਾ ਮੈਨੂੰ ਪੰਜਾਬੀ ਮੂਵੀਜ਼ ਨੇ ਸਾਰੀ ਥੋੜੀ ਬੇਸ਼ੱਕ ਪੰਜਾਬੀ ਹੋਵੇ ਫਿਰ ਆਪਾਂ ਉਹਨਾਂ ਨੂੰ ਵਿਨਰ ਕਰ ਦਈਏ ਸਿੱਧਾ ਸਿੱਧਾ। ਅੱਛਾ ਦੇਖਦੇ ਆ ਚਲੋ ਮਤਲਬ ਕਿ ਤੁਸੀਂ ਹੱਥ ਖੜਾ ਕਰਨਾ ਫਿਰ ਬੋਲਣਾ ਓਕੇ ਠੀਕ ਪਹਿਲਾਂ ਐ ਨਹੀਂ ਬੋਲਣਾ ਹਾਂ ਫਿਰ ਮਜ਼ਾ ਵੀ ਨਹੀਂ ਆਏਗਾ ਮੈਨੂੰ ਸਮਝ ਵੀ ਨਹੀਂ ਆਏਗਾ ਰਾਈਟ ਓਕੇ ਓਕੇ ਡਨ ਸਟਾਰਟ ਓਕੇ ਲੇਡੀਜ਼ ਐਂਡ ਜੈਂਟਲਮੈਨ ਓਕੇ ਇਹ ਕੀ ਅੰਦਰਲੀ ਸੈਲ ਇੱਕ ਡਾਲ ਬਣੀ ਹੋਈ ਹੈ ਡਾਲ ਗੁੱਡੀਆਂ ਪਟੋਲੇ ਬੋਲ ਹੱਥ ਖੜਾ ਕਰਨਾ ਸੀ ਤਾਂ ਚਲੋ ਇੱਕੋ ਗੱਲ ਹੋ ਗਈ 1 ਠੀਕ ਹੈ ਆਇਆ ਸੀ ਸਮਝ ਨਹੀਂ ਨਹੀਂ ਆਇਆ ਸੀ ਮੈਂ ਸਲੋ ਹਾਂ ਜੀ ਨਹੀਂ ਗੁੱਡੀ ਤਾਂ ਠੀਕ ਹੈ ਨਾ ਗੁੱਡੀਆਂ ਪਟੋਲੇ ਆਪੇ ਬਣਾਉਣਾ ਪਏਗਾ ਥੋੜਾ ਬਹੁਤ ਤੇ ਇੰਨੇ ਤੇ ਇਮੋਜੀ ਮੈਨੂੰ ਮਿਲ ਨਹੀਂ ਰਹੇ ਸੀ ਅੱਛਾ ਇਹ ਇੱਕ ਸਿੰਗਲ ਇਮੋਜੀ ਹੈ ਹਾਂਜੀ ਬੋਲੋ ਕਾਲਾ ਸ਼ਾਹ ਕਾਲਾ
ਚਲੋ ਠੀਕ ਹੈ ਗੁਰੀ ਤੁਹਾਨੂੰ ਥੋੜਾ ਟਾਈਮ ਦੇਣੇ ਜਗਜੀਤ ਜੀ 2 ਮਿੰਟ ਰੁਕ ਜਾਣਾ ਨਹੀਂ ਮੈਂ ਬਹੁਤ ਲੇਟ ਆ ਉਲਟਾ ਫੜਿਆ ਸੀ ਸੌਰੀ ਹੱਗ ਕਰ ਰਹੇ ਨੇ ਬੋਲਿਓ ਨਾ ਇਟਸ ਵੈਰੀ ਈਜ਼ੀ ਤੁਹਾਨੂੰ ਆ ਗਈ ਹੱਗ ਕਰ ਰਹੇ ਨੇ ਹੱਗ ਜਗ ਪਾ ਰਹੇ ਨੇ ਉਹ ਤਾਂ ਠੀਕ ਹੈ ਲੱਕੜੀ ਯੈਸ ਹੱਥ ਨਹੀਂ ਖੜਾ ਕਰ ਰਿਹਾ ਚਲੋ ਠੀਕ ਹੈ 2-1 ਓਕੇ ਨੈਕਸਟ ਇਜ਼ ਗੋਡੇ ਗੋਡੇ ਚਾਰ ਯੈਸ ਗੋਡੇ ਕਿਧਰ ਗੋਡੇ ਦੇ ਕਿਧਰ ਵਾਲੇ ਗੋਡੇ ਲਾਏ ਤੂੰ ਕ੍ਰੀਏਟੀਵਿਟੀ ਦੇਖ ਹੁਣ ਜੋ ਇਮੇਜ ਹੈ ਨਾ ਸਾਡੀ ਵਿਚੇ ਚਾ ਸਾਡੇ ਟਾਈਮ ਤੇ ਇਮੇਜ ਬੜੀ ਨਹੀਂ ਹੈ ਓਕੇ ਅਰਦਾਸ ਯੈਸ ਹੱਥ ਕੜਾ ਕਰ ਅਰਦਾਸ ਠੀਕ ਹੈ 3-2 ਚੱਲ ਰਿਹਾ ਠੀਕ ਹੈ ਓਕੇ ਕੋਈ ਗੱਲ ਨਹੀਂ ਹਜੇ ਵੀ ਹੈ ਟਾਈਮ ਵਾਗੂਰੀ ਸਿੱਖ ਜਾਣਗੇ ਆਪਾਂ ਸਿਖਾ ਕੇ ਜਾਵਾਂਗੇ ਹੱਥ ਕੜਾ ਕਰ ਕਣਕਾਂ ਦੇ ਉੱਲੇ ਨਹੀਂ ਕੰਮ ਪਾਣੀ ਕਿਹੜੀ ਫਿਲਮ ਦੇ ਲੱਗਦਾ very easy ha aa gaya dana pani yes yes dane ne dane chalo theek hai koi gaal nahi eh 4 par inne dane galat paaye hoye ha kalle dane rakhne chahiye kalle dane chahiye ha oh da boota siga okay eh thoda ho sakda hai eh soup hai te naan hai chalo eh main das dani thoda ja ik aayi si fir main idda di yaar idda di kulche chhole kani kuch idda nahi nahi eh soup hai soup ch kulche nahi acha soup hai eh na eh thoda ਪਹਿਲਾ ਦੂਜਾ ਵਰਡ ਲੈ ਲਓ ਮਤਲਬ ਪੂਰਾ ਪੂਰਾ ਵਰਡ ਉਹ ਪਹਿਲਾ ਵਰਡ ਹੈ ਉਹ ਦੂਜਾ ਵਰਡ ਹੈ ਸੂਪ ਦਾ ਪਹਿਲਾ ਸੂ ਸੁਪਨਾ ਯੈਸ ਯੈਸ ਸੁਪਨਾ ਆਪ ਬੋਲ ਕੇ ਦੱਸਤਾ ਸੂ ਦਾ ਪਹਿਲਾ ਤੇ ਮੈਂ ਹੱਥ ਮੈਂ ਇਹਨੂੰ ਦੇਖ ਕੇ ਕੌਣ ਕਹੂਗਾ ਸੁਪਨਾ ਹੈ ਸੁਪਨਾਨ ਚਲੋ ਦਿਸ ਇਜ਼ ਵੈਰੀ ਈਜ਼ੀ ਵੈਸੇ ਤਾਂ ਇੱਕ ਨੰਬਰ ਪਿੱਛੇ ਚੱਲ ਰਹੇ ਹੋ ਤੁਸੀਂ ਵਜੇ ਵੀ ਹਾਂ It's very easy. In English. Bamboo guard. Yes. okay, same ho gaya. Oh, last two are dekh. Main hun bhul gaya mainu ki kehnde ne card. Main tan ohi lada main bomb de naal card la di. Okay, this is very easy. Manje vistre. Manje vistre. Oh. Haath okay. Last te agar ohna de ta jit gaye nahi ta tie ho jayega. Little bit difficult. Ainu thoda sul jao. ਇਹ ਕੀ ਹੈ ਰੋਣਾ ਇਹ ਲਾ ਲਓ ਤੇ ਇਹ ਲਾ ਲਓ ਇਹ ਕੀ ਹੋ ਰਿਹਾ ਵਿਆਹ ਹਾਂ ਤੇ ਬੈਂਡ ਬਾਜਾ ਬਰਾਤ ਨਹੀਂ ਵੀਰੇ ਯਾਰ ਇਹ ਤਾਂ ਬਹੁਤ ਔਖਾ ਕੰਮ ਹੈ ਹੈ ਨਾ ਉਲਝ ਜਾਤਾ ਥੋੜਾ ਇਹ ਇੱਕ ਫਿਲਮ ਕਦੋਂ ਦੀ ਆਈ ਹੈ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ ਨਹੀਂ ਨਹੀਂ ਇਹ ਕਦੋਂ ਕਦੋਂ ਬੈਗ ਦਾ ਇੰਗਲਿਸ਼ ਉਹ ਹਿੰਦੀ ਕੀ ਪਿੱਛੇ ਆ ਗਿਆ ਭੱਜ ਪਿੱਛੇ ਆ ਗਿਆ ਰਾਈਟ ਇਹ ਨੀਰੂ ਬਾਜਵਾ ਦੀ ਫਿਲਮ ਓਕੇ ਕਾਰ ਦੇ ਥੱਲੇ ਕੀ ਛਪਦਾ ਹੁੰਦਾ ਆਪਾਂ ਵੈਡਿੰਗ ਕਾਰ ਦੇ ਥੱਲੇ ਕੀ ਛਪਦਾ ਮੇਰੇ ਚੱਕ ਉਹ ਬੋਲ ਰਿਹਾ ਉਧਰੋਂ ਬੋਲਿਆ ਉਹਨਾਂ ਨੇ ਉਹ ਨਾ ਕੀ ਆਰਐਸਵੀਪੀ ਰੋਂਦੇ ਸਾਰੇ ਵਿਆਹ ਵਿੱਚ ਗਲਤ ਹੈ ਕਿੱਥੋਂ ਗਲਤ ਆ ਸੀ ਉਹਨਾਂ ਨੇ ਕਿੱਦਾਂ ਪਹਿਚਾਣ ਲਿਆ ਨਹੀਂ ਉੱਥੇ ਰੋਂਦੇ ਸਾਰੇ ਰੋਂਦੇ ਹੋਣੇ ਚਾਹੀਦੇ ਨੇ ਨਾ ਸਾਰੇ ਮੀਨਸ ਇਹ ਫੈਮਿਲੀ ਇਹ ਵਿਆਹ ਹੈ ਬੈਕ ਰੋਂਦੇ ਸਾਰੇ ਉਹ ਤਾਂ ਹੱਸ ਰਹੇ ਨੇ ਸਾਰੇ ਰੋਂਦੇ ਵਾਲਾ ਹੀ ਮੂਜੇ ਤੇ ਸੀਗਾ ਵੈਸੇ ਮੈਨੂੰ ਫਿਰ ਵੀ ਨਹੀਂ ਸੀ ਪਤਾ ਲੱਗਣਾ ਤੇਰੀ ਨਹੀਂ ਸੀ ਪਤਾ ਲੱਗਣਾ ਬਹੁਤ ਪੁਰਾਣੀ ਫਿਲਮ ਨਾਲ ਹਾਂ ਬਹੁਤ ਪੁਰਾਣੀ ਫਿਲਮ ਹੈ ਠੀਕ ਹੈ ਜਗਜੀਤ ਜਿੰਨੇ ਨੇ ਤੇ ਜਗਜੀਤ ਲਈ ਜੋਰਦਾਰ ਕਲੈਪਿੰਗਸ ਹੋ ਜਾਣ ਲੇਕਿਨ ਆਪਾਂ ਤੁਹਾਨੂੰ ਸਿਖਾਤਾ ਹੁਣ ਤੁਸੀਂ ਕਹਿ ਨਹੀਂ ਸਕਦੇ ਮੈਨੂੰ ਫਿਲਮ ਅੱਜ ਹਾਂ ਮੈਂ ਥੋੜਾ ਬਹੁਤ ਮੈਂ ਅੰਦਾਜ਼ੇ ਲਾ ਲਵਾਂ ਠੀਕ ਹੈ ਅੱਛਾ ਤੁਫੰਗ ਬਾਰੇ ਹੋਰ ਵੀ ਥੋੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕਿ ਤੁਫੰਗ ਦਾ ਜੋ ਬੈਸਟ ਸੀਨ ਤੁਹਾਨੂੰ ਲੱਗਾ ਉਹ ਫਿਲਮ ਵਿੱਚ ਕਿਹੜਾ ਹੁਣ ਤਾਂ ਦੱਸ ਦਿਓ ਸਾਡਾ ਦੋਨਾਂ ਦਾ ਕਲਾਈਮੈਕਸ ਆ ਕਲਾਈਮੈਕਸ ਹਾਂ ਤੇ ਇੱਕ ਹੋਰ ਸੀਨ ਮੇਰਾ ਬਹੁਤ ਫੇਵਰਟ ਆ ਬਾਈ ਇਹ ਦਾ ਇੰਟਰਵਲ ਚ ਆਉਂਦਾ ਇੰਟਰਵਲ ਤੋਂ ਪਹਿਲਾਂ ਆਉਂਦਾ ਇੰਟਰਵਲ ਤੋਂ ਉਹ ਵੀ ਸੀਨ ਦੱਸਣਾ ਨਹੀਂ ਹੈਗਾ ਪਰ ਬਹੁਤ ਫੇਵਰਟ ਸੀ ਨਹੀਂ ਦੱਸ ਸਕਦੇ ਹਾਂ ਕਲਾਈਮੈਕਸ ਦਮਦਾਰ ਹੈ ਮਤਲਬ ਹਾਂ ਉੱਥੇ ਉਹ ਕਲਾਈਮੈਕਸ ਚ ਉਹ ਵੀ ਡਾਇਲੌਗ ਨੇ ਨਾਲ ਉਹਦੇ ਸਾਰੇ ਮੋਸ਼ਨਸ ਨੇ ਬਹੁਤ ਕੁਝ ਆ ਉਹਦੇ ਵਿੱਚ ਉਹ ਸੀਨ ਦੇ ਵਿੱਚ ਸਾਰੇ ਦੇ ਵਿੱਚ ਸਾਰੀ ਫਿਲਮ ਦਾ ਤੱਤ ਆ ਜਿਹੜਾ ਉਹ ਕਲਾਈਮੈਕਸ ਜਦੋਂ ਜਾ ਕੇ ਨਿਕਲਦਾ ਅੱਛਾ ਐ ਘੁੰਮਦਾ ਅੱਛਾ ਆ ਚੀਜ਼ ਸੀ ਸਾਰਾ ਕੁਝ ਉਹਦੇ ਵਿੱਚ ਮੈਨੂੰ ਲੱਗਦਾ ਮੋਸ਼ਨਸ ਬਹੁਤ ਨਿਊ ਚੀਜ਼ ਚ ਉਹ ਬਹੁਤ ਸੋਹਣਾ ਸੀਨ ਉਹ ਟ੍ਰੇਲਰ ਚ ਪਾ ਨਹੀਂ ਸੀ ਸਕਦੇ ਪਰ ਫਿਲਮ ਚ ਬਹੁਤ ਆਨੰਦ ਦਿੰਦਾ ਉਹ
अच्छा, मेरे दिमाग च ना प्रमोशंस नू लेके बड़ा आ रहा, क्योंकि अगर पिछे थोड़ा जाइए तो कई फिल्मां जिदा कैरी ऑन जट्टा बहुत सारे अलग अलग प्लेटफॉर्म से जाके उन्होंने प्रमोट किया, तो एक फिल्म नू एक मुकाम तक पहुँचा ली प्रमोशन का किन्ना मायने रखता है? बहुत जरूरी है प्रमोशन, जिन्नी बनानी है मैं लगता तो दुगने तरीके नाल तुहानू प्रमोशन करनी चाहिए। यानी कि पोस्ट फिल्म दी जो चीज़ें हैं बहुत मुश्किल हो जाती है। हाँ, तुसी बनाना एक अलग चीज़ है पर फिल्म नू लोकां तक लजाना, क्योंकि बहुत सारे मीडियम ने जिहड़ा उस च कामयाब हुंदा तां उहदे च मैनूं लगदा उह ज़्यादा फायदा हुंदा फिल्म। जे तुहानू लगदा तुहाडी फिल्म बहुत वधिया तां लोकां तक पहुँचाउणी एक अलग चीज़ है। फिल्म आउण तों बाद फिर फिल्म दसदी है, फिर माउथ पब्लिसिटी खिंचदी है। बहुत सारे प्रोडक्शन हाउस ने जिहड़े सिर्फ कंटेंट ते जोर ला लैंदे, उहनां नूं पता ही है कि जाणा ही जाणा है ना, कि जे तुसीं उह वी इक अलग कैटागरी है, फिर तुसीं चाहे ना वी करो प्रमोशन है ना। बहुत सारे किसी आर्टिस्ट दे हिस्से आया हुंदा, हां भी उह पहले ही एक्सेप्ट कर लो, पहले ही छड्ड दे, इहदी देखणी देखणी है ना, उह वी इक अलग तरह दी कैटागरी है, उह हौली हौली उह वी आउंदी है ना। बट मैनूं लगदा प्रमोशन बहुत जरूरी है। अच्छा गुरी, सोशल मीडिया किन्ना क जरूरी हो गया वो भी पूछना चाहूँगी। एट द टाइम जब आप सारे रील्स ही रह गए, रियल लाइफ नो छड़ के आप उतने डिपेंड हो गए हैं, अगर व्यूज ना आन, अगर कमेंट्स ना आन, लाइक्स ना, फॉलोअर्स ना आन, तो साडा दिमाग सुनता नहीं है। मैं आज की जनरेशन की गलबात, हाँ जनरेशन का बुरा हाल है मैं कह सकता, पर है जरूरी भी है चीज़। मतलब प्रमोशन लिए ठीक है, तुम पर्सनल लाइफ जो करोगे यूज फिर वो डिफरेंट चीज़ है। हुण मिला दा मैं बहुत घट यूज करता, जे मैं कोई चीज़ पाउना तो मैं वो प्रोफेसनल जो भी कर रहा काम उसके रिगार्डिंग कोई सोशल मीडिया से अपडेट करता ना। बाई भी जिम्मे कहना क्या रीलों क्या मेरे इन्ने आइडिया आते हैं दिमाग च, क्या मैं रील फिर कहना मेरा वो कम नहीं है भी अपना काम अपना मूवीज बनाना ना, एक्ट पर काम करना, एक करैक्टर पर काम करना भी उत्ते फोकस ज़्यादा रही है। ये सोशल मीडिया हैगा सानू प्रमोशन का जरिए ही होगा, तो असं उन्हों एक प्रमोशन के तरीके लेने। पर मैनू बहुत ਸਾਡੀ ਟੀਮ ਵਾਲੇ ਸਾਡੇ ਸਾਰੇ ਜਿਹੜੇ ਮਿੱਤਰ ਨੇ ਮੇਰੇ ਬਹੁਤ ਉਹ ਕਹਿੰਦੇ ਤੂੰ ਕਰਿਆ ਕਰ ਅਪਡੇਟ ਰਿਹਾ ਕਰ ਉਹ ਕਰਿਆ ਕਰ। ਤੁਹਾਨੂੰ ਵੀ ਇਦਾਂ ਹੀ ਕਹਿੰਦੇ ਅਪਡੇਟ ਰਿਹਾ ਕਰੋ? ਨਹੀਂ, ਹਾਂ ਕਹਿ ਦਿੰਦੇ ਆ ਵਿੱਚ ਵਿੱਚ, ਮੈਂ ਮਾੜਾ ਮੋਟਾ, ਹਾਂ ਮਾੜਾ ਮੋਟਾ ਕਰ ਲਈਦਾ, ਬਟ ਹਾਂ ਵੀ ਨਹੀਂ ਹੋਣ ਦਿੱਤਾ। ਇਹ ਨਹੀਂ ਮੈਨੂੰ ਲੱਗਦਾ ਕਿ ਸੋਸ਼ਲ ਮੀਡੀਆ ਸਭ ਕੁਛ ਹੈ ਮੇਰੇ ਵੱਲੋਂ, ਤਾਂ ਚਾਹੇ ਕੁਛ ਵੀ ਹੋ ਜਾਵੇ ਮੈਨੂੰ ਇਹ ਲੱਗਦਾ ਹੁੰਦਾ ਲਾਈਫ ਬਹੁਤ ਵੱਡੀ ਹੈ। ਹਾਂ ਅੱਜ ਇਹ ਆਇਆ ਸਮਾਂ ਬਦਲਿਆ ਹੈ ਨਾ, ਕਿੱਥੋਂ ਚੱਲੇ ਆਪਾਂ ਨਾ VCR ਤੋਂ ਫਿਰ CDs ਫਿਰ ਇਹ, ਹੁਣ ਤਾਂ ਚਲੋ ਜਨਰੇਸ਼ਨ ਬਹੁਤ ਚੇਂਜ ਹੋ ਗਈ। ਬਟ ਮੈਂ ਨਵੀਂ ਜਨਰੇਸ਼ਨ ਨੂੰ ਬਹੁਤ ਦੇਖਦਾ ਜੱਜ ਕਰਦਾ, ਉਹ ਇਹਨੂੰ ਦਿਲ 'ਤੇ ਬਹੁਤ ਲਾਉਂਦੇ ਆ, ਉਹਨਾਂ ਨੂੰ ਐਂ ਜਿਵੇਂ ਤੁਸੀਂ ਗੱਲ ਕਹੀ ਹੈ ਲੜਦੇ ਆ ਫੋਨ ਕਰ ਕਰਕੇ, ਕਮੈਂਟ ਨਹੀਂ ਕਰਿਆ ਓਏ ਬਲੂ ਟਿਕ ਆ ਜਾ ਕੇ। ਹਾਂ ਬਲੂ ਟਿਕ ਚੱਲ ਪਈ ਅੱਜ ਕੱਲ੍ਹ ਤਾਂ ਪੈਸੇ ਦੇ ਕੇ ਵਾਲੀ ਹੈ ਨਾ, ਉਹ ਅਲੱਗ ਹੀ ਕੈਟਾਗਰੀ ਹੈ ਨਾ। ਮੈਨੂੰ ਐਂ ਲੱਗਦਾ ਵੀ ਕੰਮ ਕਰੋ, ਮਿਹਨਤ ਕਰੋ ਹੈ ਨਾ, ਜਦੋਂ ਤੁਸੀਂ ਕਮਾਈ ਕਰਦੇ ਹੋ ਜੇ ਤੁਹਾਡਾ ਇਹ ਪੈਸ਼ਨ ਹੈ ਨਾ ਫਿਰ ਤੁਸੀਂ ਜ਼ਰੂਰ ਆਓ ਇਹਦੇ ਤੇ ਹੈ ਨਾ। ਹਾਂਜੀ ਤੁਹਾਡੇ, ਬਟ ਜੇ ਸਾਰੀ ਦਿਹਾੜੀ ਐਂ ਕਰਨਾ ਤਾਂ ਉਹ ਮੈਨੂੰ ਲੱਗਦਾ ਜ਼ਿੰਦਗੀ ਉਹ ਮੌਕਾ ਸਮਾਂ ਉਹ ਦੁਆਰਾ ਨਹੀਂ ਆਉਣਾ। ਤੁਹਾਨੂੰ ਲੱਗਦਾ ਕਿ ਜੋ ਤੁਸੀਂ ਮਿਹਨਤ ਕੀਤੀ ਹੈ ਥੀਏਟਰ ਤੋਂ ਆਏ ਹੋ, ਸਾਰਾ ਬਹੁਤ ਸਾਰੇ ਲੋਕ ਨੇ ਜੋ ਥੀਏਟਰ ਕਰ ਕਰਕੇ ਅੱਗੇ ਪਹੁੰਚੇ ਨੇ, ਫਿਰ ਉਸ ਤੋਂ ਬਾਅਦ ਕਈਆਂ ਨੇ ਤਾਂ ਛੋਟੇ ਛੋਟੇ ਸੀਰੀਅਲਸ 'ਚ ਵੀ ਕੰਮ ਕੀਤਾ, ਫਿਰ ਜਾ ਕੇ ਉਹਨਾਂ ਨੇ ਸ਼ਾਰਟ ਫਿਲਮਸ 'ਚ ਕੰਮ ਕੀਤਾ, ਫਿਰ ਫੀਚਰ 'ਚ ਆਏ, ਇੰਨਾ ਸਫ਼ਰ ਕਰਕੇ ਉੱਥੇ ਪਹੁੰਚੇ। ਜਿਹੜੇ ਸੋਸ਼ਲ ਮੀਡੀਆ ਜਿਨ੍ਹਾਂ ਦੇ 1 million ਫੋਲੋਅਰ ਹੁੰਦੇ ਉਹਨਾਂ ਨੂੰ ਇੱਦਾਂ ਹੀ ਲੈ ਲੈਂਦੇ ਨੇ, ਅਤੇ ਸਾਡੇ ਕੰਮ 'ਤੇ ਜ਼ਿਆਦਾ ਇਫੈਕਟ ਪੈ ਰਿਹਾ। ਨਹੀਂ ਮੈਂ ਇਸ ਚੀਜ਼ 'ਚ ਵਿਸ਼ਵਾਸ ਨਹੀਂ ਕਰਦਾ, ਮੈਨੂੰ ਇਹ ਲੱਗਦਾ ਥੀਏਟਰ ਸਿਰਫ ਇੰਨਾ ਸਿਖਾਉਂਦਾ ਵਾ ਸਬਰ। ਮੈਂ ਐਡੀ ਛੇਤੀ ਛੱਡੂੰਗਾ ਨਹੀਂ ਦੁਖੀ ਹੋ ਕੇ, ਚਾਹੇ ਕੋਈ ਜਿੱਡਾ ਮਰਜ਼ੀ ਲਹੂ ਪੀ ਲਏ ਸਾਡਾ ਹੈ ਨਾ। ਉਹ ਟ੍ਰੇਨਿੰਗ ਦਾ ਇੱਕ ਪਾਰਟ ਹੁੰਦੀ ਹੈ, ਐਕਟਿੰਗ ਤਾਂ ਚਲੋ ਬਾਅਦ 'ਚ ਬੰਦਾ ਸਿੱਖਦਾ ਪਰ ਇਨਸਾਨ ਵਧੀਆ ਬਣ ਜਾਂਦਾ। ਜਿਹੜੇ ਸੋਸ਼ਲ ਮੀਡੀਆ ਥਰੂ ਆਉਂਦੇ ਨੇ ਠੀਕ ਹੈ, ਉਹ ਇੱਕ ਮੌਕਾ ਮਿਲ ਜਾਂਦਾ, ਮੈਂ ਨਹੀਂ ਕਹਿੰਦਾ ਉਹ ਗਲਤ ਹੈ, ਮੌਕਾ ਮਿਲਣਾ ਵੀ ਚਾਹੀਦਾ, ਬਟ ਉਹਨੂੰ ਹੋਲਡ ਕਰਨਾ ਬਹੁਤ ਔਖਾ ਕਿਸੇ ਵੀ ਚੀਜ਼ ਨੂੰ। ਫਿਲਮ 2 ਘੰਟੇ ਦੀ ਹੁੰਦੀ ਹੈ, 15 ਸੈਕਿੰਡ ਦੀ ਨਹੀਂ ਹੈ ਨਾ। ਉੱਥੇ ਪਤਾ ਲੱਗਦਾ ਵੱਡੇ ਵੱਡਿਆਂ ਦਾ ਜਾ ਕੇ ਕਿ ਜਦੋਂ ਇੱਕ ਫਿਲਮ 2.5-2 ਘੰਟੇ ਦੀ ਹੋਲਡ ਕਰਨੀ ਸੌਖੀ ਨਹੀਂ ਪਈ, ਫਿਰ ਐਂ ਲੱਗਦਾ ਕਿ ਰੀਲਾਂ ਬਹੁਤ ਵਧੀਆ ਨੇ, ਸੌਖੀਆਂ ਨੇ ਬਣਾਉਣੀਆਂ ਨੇ ਹੈ ਨਾ। ਮੈਂ ਇੱਕ ਕਿੱਸਾ ਦੱਸ, ਮੌਕਾ ਮਿਲ ਜਾਣਾ ਬਹੁਤ ਵਧੀਆ ਗੱਲ ਆ, ਬਟ ਉਹ ਮੌਕੇ ਨੂੰ ਬਣਾ ਕੇ ਰੱਖਣਾ, ਅਤੇ ਇਹ ਤਾਂ ਹੈ ਨਹੀਂ ਵੀ ਅੱਜ ਰੀਲ ਪਾਈ ਖਤਮ ਹੋ ਗਿਆ ਕੰਮ, ਇਹ ਕਰੀਅਰ ਤੁਹਾਡਾ ਕਿੰਨਾ ਲੰਮਾ ਜਾਂਦਾ ਇਹ ਤੁਹਾਡੀ ਟ੍ਰੇਨਿੰਗ 'ਤੇ ਡਿਪੈਂਡ ਕਰਦਾ। ਮੈਂ ਵੀ ਜਿੱਦਾਂ ਕਈ ਵਾਰ ਇਹਨਾਂ ਦੇ ਇੰਟਰਵਿਊਜ਼ ਲੈਂਦੀ ਹਾਂ ਨਾ, ਅਤੇ ਉਹ ਬੋਲ ਹੀ ਨਹੀਂ ਪਾਉਂਦੇ ਕੁਛ, ਉਹਨਾਂ ਤੋਂ 1 ਮਿੰਟ ਦੇ ਇਲਾਵਾ ਕੁਛ ਬੋਲ ਹੀ ਨਹੀਂ ਪਾਉਂਦੇ, ਫਿਰ ਮੈਨੂੰ ਪਤਾ ਲੱਗ ਜਾਂਦਾ ਇਸੇ ਬੋਤੇ ਦਾ ਕੀ ਹੈ ਇਹ ਤੇ ਬੋਲ। ਇਦਾਂ ਦਾ ਮੈਂ ਵੀ ਆ, ਮੈਂ ਮਿਲਦਾ ਪਹਿਲਾਂ ਇੰਟਰਵਿਊ ਸੀ, ਮੈਂ ਕੀ ਬੋਲੂੰਗਾ ਯਾਰ ਜਾ ਕੇ, ਮੈਂ ਕੰਮ ਹੀ ਨਹੀਂ ਉੱਥੇ ਬੋਲਣ ਵਾਲਾ। ਬਟ ਨਹੀਂ, ਯੂ ਹੈਵ ਅ ਟੈਲੈਂਟ ਨਾ, ਤੁਸੀਂ ਮੀਡੀਆ ਦੇ ਨਾਲ ਰੂਬਰੂ ਨਹੀਂ ਹੋਏ ਬਟ ਯੂ ਹੈਵ ਅ ਟੈਲੈਂਟ, ਤੁਸੀਂ ਸਟੇਜ ਤੇ ਕਿੰਨਾ ਗਾ ਸਕਦੇ ਹੋ, ਤੁਸੀਂ ਕਿੰਨੇ ਕਿੰਨੇ ਆਡੀਅੰਸ ਨੂੰ ਆਪਣੇ ਵੱਲ ਖਿੱਚ ਸਕਦੇ ਹੋ। ਹਾਂ, ਉਹਨਾਂ ਨੇ ਉਸ ਚੀਜ਼ ਨੂੰ ਆਪਣਾ ਟੈਲੈਂਟ ਬਣਾਇਆ ਕਿ ਅਸੀਂ ਘੱਟ ਸਮੇਂ 'ਚ ਬਹੁਤ ਕੁਝ ਕਰ ਸਕਦੇ, ਉਹ ਵੀ ਠੀਕ ਹੈ। ਅੱਜ ਕੱਲ੍ਹ ਇੰਟਰਟੇਨਮੈਂਟ ਉੱਧਰ ਵੀ ਸ਼ਿਫਟ ਹੋਇਆ, ਬਹੁਤ ਸਾਰੇ ਮੁੰਡੇ ਨੇ ਜਿਹੜੇ ਸੋਸ਼ਲ ਮੀਡੀਆ 'ਤੇ ਜਾਂ ਰੀਲ 'ਤੇ ਜਾਂ ਯੂਟਿਊਬ 'ਤੇ ਕੰਮ ਕਰਦੇ, ਮੈਨੂੰ ਵਧੀਆ ਲੱਗਦੇ ਨੇ, ਵਧੀਆ ਕੰਮ ਵੀ ਵਧੀਆ, ਬਹੁਤ ਵਧੀਆ ਕੰਮ ਕਰਦੇ ਨੇ ਉਹ, ਬਟ ਉਹਦੇ ਲਈ
ਉਸ ਕੈਟਾਗਰੀ 'ਚ ਬਹੁਤ ਵਧੀਆ ਨੇ ਜੇ ਅੱਗੇ ਆਉਣਾ ਤਾਂ ਉਹਨਾਂ ਨੂੰ ਮਿਹਨਤ ਕਰਨੀ ਪੈਣੀ ਰਾਈਟ ਤੇ ਪੇਸ਼ੈਂਸ ਹੋਣਾ ਵੀ ਬਹੁਤ ਜ਼ਰੂਰੀ ਬਹੁਤ ਜ਼ਿਆਦਾ ਠੀਕ ਹੈ ਅਸੀਂ ਨਾ ਇੱਕ ਆਸਕ ਮੀ ਕੁਐਸਚਨ ਰੱਖਿਆ ਇੰਸਟਾਗ੍ਰਾਮ ਦਾ ਤੇ ਇੰਸਟਾਗ੍ਰਾਮਸ ਦੇ ਆਉਂਦਾ ਹੈ ਤੇ ਮੇਰੀ ਟੀਮ ਥੋੜ੍ਹਾ ਭੁੱਲ ਗਈ ਹੈ ਸਮਾਲ ਲੈਣਾ ਲੇਕਿਨ ਮੈਂ ਤਾਂ ਵੀ ਲਿਖੇ ਹੋਏ ਆ ਕੁਐਸਚਨਸ ਤੇ ਆਸਕ ਮੀ ਕੁਐਸਚਨ ਫਰੋਮ ਇੰਸਟਾਗ੍ਰਾਮ ਯਾਨੀ ਕਿ ਅਸੀਂ ਸੈਸ਼ਨ ਰੱਖਿਆ ਤੇ ਲੋਕਾਂ ਦੇ ਸਵਾਲ ਤੁਹਾਨੂੰ ਪੁੱਛੇ ਜਾਣਗੇ ਰਾਈਟ ਜੋ ਲੋਕਾਂ ਨੇ ਆਡੀਅੰਸ ਨੇ ਸਾਨੂੰ ਪੁੱਛੇ ਕਿ ਤੁਹਾਨੂੰ ਪੁੱਛੇ ਕੀ ਪੁੱਛਣਾ ਚਾਹੀਦਾ ਓਕੇ ਸਭ ਤੋਂ ਪਹਿਲਾਂ ਗੁੜੀ ਦੇ ਸਵਾਲ ਹੈ ਫਿਰ ਤੁਹਾਡੇ ਸਵਾਲ ਹੈ ਮੈਂ ਕਹਿੰਦਾ ਇੱਕ ਇੱਕ ਨਾ ਕਰੀਏ ਤਾਂ ਹਾਂ ਜਿਵੇਂ ਮਰਜ਼ੀ ਗੱਲ ਜਿਵੇਂ ਤੁਹਾਨੂੰ ਠੀਕ ਲੱਗੇ ਉਦਾਂ ਕਰ ਲੈਂਦੇ ਵੈਸੇ ਤੁਹਾਡੇ ਜ਼ਿਆਦਾ ਫਿਰ ਉਹਨਾਂ ਦੇ ਫੋਟੋਆਂ ਰਿਲੇਟਡ ਸਵਾਲ ਨੇ ਤਾਂ ਕਰਕੇ ਮੈਂ ਕਿਹਾ ਚਲੋ ਕੋਈ ਨਹੀਂ ਠੀਕ ਹੈ ਓਕੇ ਜਗਜੀਤ ਸੰਧੂ ਜੀ ਇੱਦਾਂ ਦਾ ਕੋਈ ਉਹਨਾਂ ਦਾ ਇੱਦਾਂ ਦਾ ਕੋਈ ਕਿਰਦਾਰ ਜੋ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਹੈ ਮੈਨੂੰ ਪਤਾਲ ਲੋਕ ਵਾਲਾ ਕਰੈਕਟਰ ਬਹੁਤ ਵਧੀਆ ਲੱਗਦਾ ਬਾਈ ਦਾ ਬਹੁਤ ਡੈਪਥ 'ਚ ਨਹੀਂ ਅਸੀਂ ਗੱਲ ਕਰਦੇ ਨੇ ਮੈਂ ਲੱਗਦਾ ਮੈਂ ਪਹਿਲੀ ਵਾਰ ਵੇਖੀ ਬਾਈ ਦਾ ਉਹ ਸੀਗਾ ਕਰੈਕਟਰ ਪਤਾਲ ਲੋਕ ਵੇਖੀ ਪਹਿਲੀ ਅੱਛਾ ਕੀ ਬਾਤ ਹੈ ਠੀਕ ਹੈ ਗੁਰੀ ਵਕੇਸ਼ਨਸ ਤੇ ਕਿਹੜੀ ਜਗ੍ਹਾ ਜਾਣਾ ਪਸੰਦ ਕਰਨਗੇ ਮਤਲਬ ਹਰ ਵਾਰ ਨਵੀਂ ਜਗ੍ਹਾ ਤੇ ਹਾਂ ਇੱਕ ਜਗ੍ਹਾ ਤੇ ਵੀ ਜਾਏ ਹੁਣ ਕੁਝ ਨਵਾਂ ਦੇਖੀਏ ਠੀਕ ਹੈ ਪੂਰੀ ਦੁਨੀਆ ਘੁੰਮਣੀ ਠੀਕ ਹੈ ਗੁਰੀ ਦਾ ਫੁੱਲ ਨੇਮ ਕੀ ਹੈ ਗੁਰਸੇਵਕ ਸਿੰਘ ਖਟੜਾ ਮੈਨੂੰ ਪਹਿਲੀ ਵਾਰੀ ਪਤਾ ਲੱਗਿਆ ਓਏ ਗੁਰਸੇਵਰ ਸਿੰਘ ਗੁਰਸੇਵਕ ਸਿੰਘ ਗੁਰਸੇਵਕ ਸਿੰਘ ਖਟੜ ਓ ਇੰਨਾ ਵੱਡਾ ਨਾਮ ਓ ਮਾਈ ਗੋਡ ਅੱਜ ਦੀ ਜਨਰੇਸ਼ਨ ਦੇ ਹਿਸਾਬ ਨਾਲ ਗੁਰੀ ਠੀਕ ਹੈ ਗੁਰੀ ਨੂੰ ਕਿਸ ਤਰ੍ਹਾਂ ਦੀਆਂ ਕੁੜੀਆਂ ਪਸੰਦ ਨੇ ਸਿਆਣੀ ਪਸੰਦ ਨੇ ਠੀਕ ਹੈ ਹਾਂ ਘੱਟ ਬੋਲਦੀ ਹਾਂ ਮਤਲਬ ਫਿਰ ਤਾਂ ਮੈਂ ਨਹੀਂ ਪਸੰਦ ਹੋਣੀ ਨਹੀਂ ਇੱਥੇ ਤਾਂ ਇੰਟਰਵਿਊ ਤਾਂ ਬੋਲਣਾ ਹੀ ਪੈਂਦਾ ਨਾ ਤੁਸੀਂ ਕਈ ਬੰਦੇ ਬੋਲਦੇ ਵਧੀਆ ਲੱਗਦੇ ਡਬਲ ਆਨਸਰ ਦਿੱਤਾ ਘੱਟ ਬੋਲਣ ਵਾਲੀ ਕਿਉਂ ਪਸੰਦ ਆ ਦਿਮਾਗ ਨਾ ਖਾਵੇ ਸਿਰ ਨਾ ਖਾਵੇ ਨਹੀਂ ਮਤਲਬ ਪੇਸ਼ੈਂਸ ਹੁੰਦੇ ਆ ਸਮਝਦਾਰ ਜ਼ਿਆਦਾ ਹੁੰਦੀ ਮੈਨੂੰ ਲੱਗਦਾ ਕੁੜੀਆਂ ਘੱਟ ਬੋਲਣ ਤੇ ਕਿਹੜਾ ਮਜ਼ਾ ਕੁੜੀ ਇਹ ਤਾਂ ਗਲਤ ਹੈ ਇਹ ਧਾਰਨਾ ਹੀ ਗਲਤ ਹੈ ਓਕੇ ਗੁਰੀ ਨੂੰ ਕਿਸ ਚੀਜ਼ ਤੋਂ ਨਫ਼ਰਤ ਹੈ ਨਫ਼ਰਤ ਇੱਦਾਂ ਕੁਛ ਨਹੀਂ ਹੈ ਮਤਲਬ ਲੱਗਦਾ ਹਾਂ ਮਤਲਬ ਧੋਖੇ ਵਾਲੀ ਚੀਜ਼ ਤੋਂ ਹੁੰਦਾ ਤੁਹਾਨੂੰ ਹਰ ਇੱਕ ਬੰਦੇ ਨੂੰ ਹੀ ਆਪਾਂ ਧੋਖੇ ਵਾਲੀ ਚੀਜ਼ ਤੋਂ ਮਿਲ ਲੱਗਦਾ ਹਾਂ ਕਦੀ ਮਿਲੇ ਉਹ ਕਿਸੇ ਵੀ ਚੀਜ਼ 'ਚ ਨਹੀਂ ਉਹ ਵਾਲਾ ਧੋਖੇ ਤੁਸੀਂ ਤਾਂ ਹੋਰ ਪਾਸੇ ਚੱਲ ਗਏ ਨਾ ਲਾਈਫ ਨਹੀਂ ਮੈਂ ਕੋਈ ਵੀ ਧੋਖਾ ਮੈਂ ਨਹੀਂ ਪੁੱਛਿਆ ਮੈਂ ਸਪੈਸਿਫਿਕ ਕੁਝ ਮਤਲਬ ਕਿਸੇ ਵੀ ਫੀਲਡ 'ਚ ਹੋ ਸਕਦਾ ਕਿਤੇ ਵੀ ਹੋ ਸਕਦਾ ਮਿਲਿਆ ਕਦੇ ਨਹੀਂ ਫਿਰ ਕਿੱਦਾਂ ਨਫ਼ਰਤ ਹੈ ਤੁਹਾਨੂੰ ਮਤਲਬ ਉਹ ਪਹਿਲਾਂ ਹੀ ਮੈਂ ਉਹ ਚੀਜ਼ ਤੋਂ ਬਚ ਜਾਂਦਾ ਜਦ ਮੈਨੂੰ ਲੱਗਦਾ ਵੀ ਆਹ ਚੀਜ਼ ਇੱਦਾਂ ਹੋਣ ਵਾਲੀ ਆ ਠੀਕ ਇਹ ਉਹ ਸੀਗਾ ਓਕੇ ਗੀਤ MP3 ਦੀ ਪਲੇਲਿਸਟ ਵਿੱਚੋਂ ਗੁਰੀ ਦਾ ਆਪਣਾ ਫੇਵਰਿਟ ਗੀਤ ਕਿਹੜਾ ਅੱਲਾ ਗਾਣਾ ਜਸਦਾ ਓਕੇ ਜੀਪ ਜਾਂ ਲੈਂਬਰਗਿਨੀ ਕਿਸ ਵਿੱਚ ਘੁੰਮਣਾ ਚਾਹੋਗੇ ਮੈਨੂੰ ਉੱਚੇ ਗੱਡੀ ਜ਼ਿਆਦਾ ਪਸੰਦ ਵੈਸੇ ਲੈਂਬਰਗਿਨੀ ਨਹੀਂ ਹਾਂ ਜਗਜੀਤ ਸੰਧੂ ਵਰਗਾ ਕੋਈ ਡਾਇਲੋਗ ਬੋਲ ਕੇ ਦਿਖਾਓ ਡਾਇਲੋਗ ਇਦਾਂ ਨਹੀਂ ਚੇਤੇ ਨਹੀਂ ਹੋਣਾ ਇਸ ਫਿਲਮ ਦਾ ਤੁਸੀਂ ਬੋਲ ਲਓ ਫਿਰ ਉਹ ਬੋਲਣਗੇ ਨਹੀਂ ਮੈਂ ਉਹ ਡਾਇਲੋਗ ਜਮਾ ਰਿਵੀਲ ਨਹੀਂ ਕਰਨਾ ਹੋਰ ਕੋਈ ਬੋਲ ਦੋ ਹੋਰ ਕੋਈ ਬੋਲ ਦੋ ਕੋਈ ਵੀ ਆਪਣਾ ਫੇਵਰਿਟ ਡਾਇਲੋਗ ਉਹ ਵਾਲਾ ਵਧੀਆ ਕਹਿੰਦਾ ਦੇਖੀ ਨਾ ਜਾਇਓ ਦੇਖ ਵੀ ਲਿਓ ਮਤਲਬ ਕਿ ਉਹ ਅੱਗੋਂ ਪੰਜ ਉਹ ਆਊਗਾ ਅੱਗੋਂ ਬੰਦਾ ਇੱਕ ਕਹਿੰਦਾ ਉਹਨੂੰ ਕਹਿੰਦਾ ਕਹਿੰਦਾ ਕੋਈ ਨਹੀਂ ਜੀ ਦੇਖ ਲਾਂਗੇ ਕਹਿੰਦਾ ਦੇਖੀ ਨਾ ਜਾਇਓ ਦੇਖੀ ਨਾ ਜਾਇਓ ਦੇਖ ਵੀ ਲਿਓ ਠੀਕ ਹੈ ਓਕੇ ਤੁਹਾਡਾ ਸੈਸ਼ਨ ਖਤਮ ਹੁਣ ਸੰਧੂ ਸਾਹਿਬ ਦਾ ਸੈਸ਼ਨ ਹੈ ਓਕੇ ਜਗਜੀਤ ਜਿਨ੍ਹਾਂ ਨੇ ਸਾਰੇ ਜੱਗ ਨੂੰ ਜਿੱਤ ਲਿਆ ਉਹਨਾਂ ਨੂੰ ਵੀ ਜਿਸ ਇਨਸਾਨ ਨੇ ਜਿੱਤਿਆ ਉਹਨਾਂ ਦੇ ਵਿੱਚ ਇੱਦਾਂ ਦਾ ਕੀ ਸੀ ਜੋ ਬਾਕੀ ਕੁੜੀਆਂ 'ਚ ਨਹੀਂ ਸੀ ਕੌਨਫੀਡੈਂਸ ਅੱਛਾ ਜ਼ਿਆਦਾ ਬੋਲਦੇ ਸੀ ਨਹੀਂ ਜ਼ਿਆਦਾ ਨਹੀਂ ਬੋਲਦੇ ਇਹਨੂੰ ਮੈਂ ਫੜ ਲਿਆ ਪੁਆਇੰਟ ਨੂੰ ਅੱਛਾ ਪੁਆਇੰਟ ਮੈਂ ਬਦਲ ਕੇ ਰਹਿਣਾ ਤੁਹਾਡਾ ਬਹੁਤ ਕੁੜੀਆਂ ਦੇ ਦਿਲ ਤੋੜੂਗਾ ਜੋ ਜ਼ਿਆਦਾ ਬੋਲਦੀਆਂ ਨੇ ਨਹੀਂ ਨਹੀਂ ਇੱਦਾਂ ਦਾ ਕੋਈ ਚੱਕਰ ਨਹੀਂ ਮੈਨੂੰ ਐਂ ਲੱਗਦਾ ਹੁੰਦਾ ਜ਼ਿਆਦਾ ਬੋਲਣ ਵਾਲਾ ਵਿਚਾਰਾ ਕਈ ਵਾਰ ਦਿਲ ਦਾ ਚੰਗਾ ਹੁੰਦਾ ਉਹ ਵੀ ਅਲੱਗ ਹੁੰਦੀ ਕਈ ਵਾਰ ਵੈਸੇ ਹੀ ਅਲੱਗ ਅਲੱਗ ਕੈਟਾਗਰੀ ਜਿਹਨੇ ਆਪਾਂ ਇੱਕ ਬੰਦੇ ਬਾਰੇ ਐਂ ਨਹੀਂ ਕਹਿ ਸਕਦੇ ਠੀਕ ਹੈ ਓਕੇ ਜਗਜੀਤ ਨੂੰ ਇੱਕ ਇੱਦਾਂ ਦੀ ਆਦਤ ਜੋ ਚੇਂਜ ਕਰਨਾ ਚਾਹੁੰਦੇ ਨੇ ਫੋਨ ਘੱਟ ਯੂਜ਼ ਕਰਨਾ ਠੀਕ ਹੈ ਜਗਜੀਤ ਨੂੰ ਅਸੀਂ ਹਰ ਕਿਰਦਾਰ ਵਿੱਚ ਦੇਖ ਚੁੱਕੇ ਹਾਂ ਉਹਨਾਂ ਦਾ ਆਪਣਾ ਫੇਵਰਿਟ ਕਿਹੜਾ ਹੈ ਨੈਗੇਟਿਵ ਫੇਵਰਿਟ ਸੀ ਉਹ ਪਹਿਲੀ ਵਾਰੀ ਹੁਣ ਮੌਕਾ ਮਿਲਿਆ ਜਵਾਬ ਦੇ ਜਾਂਦਾ ਭਰਾ ਮੇਰੇ ਹੱਥ ਖੜੇ ਆ ਆਪਾਂ ਤੇ ਗਵਾੜਾ ਅੱਜ ਜਮਾ ਹੀ ਨੀ ਕਿਉਂ ਆਪਾਂ ਇਹ ਵੀ ਟੈਲੈਂਟ ਦੇਖਣਾ ਮਾੜਾ ਮੋਟਾ ਤਾਂ ਹੋਵੇ ਟੈਲੈਂਟ ਹੰਟ ਚੱਲ ਰਿਹਾ ਅੱਜ ਉਹ ਇਹ ਟੈਲੈਂਟ ਹੰਟ ਆ ਕਿਤੇ ਜਿਹੜਾ ਮਰਜ਼ੀ ਕਰ ਲਓ ਮੈਂ ਇੱਕ ਚੀਜ਼ ਵਧੀਆ ਕਰ ਦਿੰਦਾ ਉਹ ਹਮਿੰਗ ਜਦੋਂ ਗਾਣਾ ਸ਼ੁਰੂ ਕਰਨ ਤੋਂ ਪਹਿਲਾਂ ਇਹ ਨਹੀਂ ਕਰਦੇ ਹੁੰਦੇ
ਥੋੜੀ ਤੇ ਲੰਬੀ ਖਿੱਚ ਕੇ ਲੈ ਕੇ ਜਾਂਦੇ ਇਸ ਤੋਂ ਅੱਗੇ ਕੁਝ ਨਹੀਂ ਆਉਂਦਾ ਓਕੇ ਅੱਜ ਕੁਝ ਤਸਵੀਰਾਂ ਨੇ ਤੁਹਾਡੀ ਉਹ ਦੱਸਣਾ ਕਿ ਕਿਹੜਾ ਮੂਮੈਂਟ ਸੀਗਾ ਤੇ ਉਹ ਸਕਰੀਨ ਤੇ ਆਉਂਦੀ ਰਹਿਣਗੀ ਆਡੀਅੰਸ ਦੇ ਤੁਹਾਨੂੰ ਮੈਂ ਦਿਖਾ ਦਿੰਦੇ ਆ ਇੱਕ ਆਹ ਵਾਲੀ ਫੋਟੋ ਸੀ ਤੁਹਾਡੀ ਇਹ ਅਸੀਂ ਪਲੇ ਕਰਨ ਚੱਲੇ ਸੀ ਸੰਸਕ੍ਰਿਤ ਨਾਟਕ ਸੀਗਾ ਇੰਦੌਰ ਯੂਨੀਵਰਸਿਟੀ ਦੇ ਵਿੱਚ ਉਦੋਂ ਅਸੀਂ ਸਮਾਨ ਇਕੱਠਾ ਕਰ ਰਹੇ ਸੀ ਪੰਜਾਬ ਯੂਨੀਵਰਸਿਟੀ ਦੇ ਹੋਸਟਲ ਦੇ ਬਾਹਰ ਐਂਡ ਤੁਸੀਂ ਬਹੁਤ ਜ਼ਿਆਦਾ ਜਿਮਿੰਗ ਜੁਮਿੰਗ ਲਾਈਏ ਲੱਗਦਾ ਜਿਮਿੰਗ ਨਹੀਂ ਉਦੋਂ ਹੁੰਦੇ ਹੀ ਆਏ ਸੀ ਪਤਲੇ ਜੇ ਹੁਣ ਵੀ ਪਤਲੇ ਆ ਹੁਣ ਕਿਹੜਾ ਮੋਟੇ ਆ ਮੈਂ ਕਿੰਨੇ ਸਾਲ ਪੁਰਾਣੀ ਹੈ ਇਹ 2013 ਦੀ ਹੈ ਓ ਮਾਈ ਗੋਡ ਆਲਮੋਸਟ 10 ਇਅਰਸ ਹਾਂ 10 ਸਾਲ ਹੋ ਗਏ ਠੀਕ ਆ ਆ ਵਾਲੀ ਪਿਕਚਰ ਜਿਹੜੀ ਹੈ ਬਹੁਤ ਪਿਆਰੀ ਪਿਕਚਰ ਹੈ ਇਹ ਰਿਵਰ ਆਇਲੈਂਡ ਫਿਲਮ ਦੀ ਹੈ ਰਾਈਟ ਇਹ ਚ ਤੁਸੀਂ ਬ੍ਰੇਸਸ ਲਗਾਇਆ ਕਦੀ ਜ਼ਿੰਦਗੀ ਚ ਉਹਦਾ ਬ੍ਰੇਸਸ ਲੱਗੇ ਕਿਹੜੇ ਚੱਲ ਗਿਆ ਕਿਸੇ ਹੋਰ ਕਿੱਥੇ ਹੋਰ ਚਲਾ ਗਿਆ ਬ੍ਰੇਸਸ ਲੱਗੇ ਨੇ ਤੁਹਾਡੇ ਬ੍ਰੇਸਸ ਕੀ ਹੁੰਦੇ ਆ ਦੰਦਾਂ ਤੇ ਉਹ ਤਾਰਾ ਦੰਦਾਂ ਤਾਰਾ ਨਹੀਂ ਹੈਗੀਆਂ ਇਹ ਅਸੀਂ ਉਹ ਕਾਲਕ ਜੀ ਫੜ ਕੇ ਆਏ ਜੇ ਕਰ ਲਈ ਸੀ ਬਸ ਅੱਛਾ 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 ਇਸ ਵਿੱਚ ਅੱਦੇ ਲੱਗ ਰਿਹਾ ਜਿਹਦਾ ਬ੍ਰੇਸਸ ਹੈ ਉਹਦਾ ਵੈਸੇ ਜ਼ਿੰਦਗੀ 'ਚ ਕਦੀ ਨਾ ਨਾ ਉਹਦਾ ਨੇ ਮੇਰੇ ਦੰਦ ਸਿੱਧੇ ਆਏ ਆ ਪੂਰੇ ਅਕਲ ਜਾੜ ਵੀ ਆਈ ਹੋਈ ਆ ਹੁਣ ਉਹ ਤੰਗ ਕਰਦੀ ਹੈ ਥੋੜੀ ਜੀ ਠੀਕ ਹੈ ਅੱਛਾ ਇਹ ਫੋਟੋ ਜੋ ਪਾਈ ਸੀ ਤੁਸੀਂ ਇਸ ਦੇ ਉੱਤੇ ਪਹਿਲੇ ਲਿਖਿਆ ਸੀਗਾ ਕਿ ਸੋਸ਼ਲ ਮੀਡੀਆ ਨੇ ਸਾਡੀ ਜ਼ਿੰਦਗੀ ਨੂੰ ਕਿੰਨਾ ਬਦਲ ਦਿੱਤਾ ਹੈ ਬਸ ਇੰਨਾ ਹੀ ਕਹਿਣਾ ਸੀ ਬਾਕੀ ਤੁਸੀਂ ਵੈਬ ਸੀਰੀਜ਼ ਆਪ ਦੇਖ ਲਓ ਕਿਉਂਕਿ ਵੈਬ ਸੀਰੀਜ਼ ਉੱਤੇ ਸਕੇਪ ਲਾਈਵ ਬਣੀ ਉਹਦੇ ਤੇ ਹੈ ਨਾ ਕਿ ਸੋਸ਼ਲ ਮੀਡੀਆ ਨੇ ਸਾਡੀ ਜ਼ਿੰਦਗੀ ਆ ਕੇ ਕਿਵੇਂ ਡਿਸਟਰਬ ਕਰਤੀ ਉਹਦੇ ਨਾਲ ਰਿਲੇਟਡ ਸੀ ਇਹ ਵੈਬ ਸੀਰੀਜ਼ ਦੇ ਰਿਲੇਟਡ ਰਾਈਟ ਇਹ ਮੂਮੈਂਟ ਇਹ ਬੈਕ ਕਿਦਾ ਇਹ ਆਪਾਂ ਇੱਕ ਟੂਰਿਸਟ ਗਾਈਡ ਸੀ ਨਾ ਮੇਰੇ 'ਚ ਜੈਸਲਮੇਰ ਦਾ ਤਾਂ ਉਹਨਾਂ ਦੇ ਇੱਕ ਬੈਗ ਰਹਿੰਦਾ ਹੁੰਦਾ ਹਮੇਸ਼ਾ ਹੀ ਅੱਛਾ ਤੁਹਾਡੇ ਇਹ ਦੋ ਜਾਣੇ ਹਨ ਦੋਨਾਂ ਦੇ ਨਾਮ ਦੱਸੋ ਇੱਕ ਦਾ ਨਾਮ ਚੋਬਰ ਹੈ ਚੋਬਰ ਓ ਮਾਈ ਗੋਡ ਸਾਰੀ ਬਾਈ ਦੀ ਫਿਲਮ ਆਈ ਸੀ ਨਾ ਹੁਣ ਮੈਂ ਯਾਰ ਮੇਰੇ ਡੌਗ ਦਾ ਨਾਮ ਹੈ ਚੋਬਰ ਅੱਛਾ ਤੇ ਉਹ ਉੱਪਰ ਵਾਲਾ ਉਹ ਕੋਈ ਆਇਆ ਸੀ ਉਦੋਂ ਘਰੇ ਮੈਨੂੰ ਉਹਦਾ ਨਾਮ ਨਹੀਂ ਪਤਾ ਹਾਂ ਉਹ ਵੈਸੇ ਮਿਲਣ ਆਏ ਸੀ ਉਹ ਸਾਡਾ ਨਹੀਂ ਹੈ ਠੀਕ ਹੈ ਚੋਬਰ ਫਿਲਮ ਦੇ ਉੱਤੇ ਅਸੀਂ ਨਾਮ ਲਗਤਾ ਨਹੀਂ ਇਹਦਾ ਪਹਿਲਾ ਨਾਮ ਸੀਗਾ ਚੋਬਰ ਫਿਲਮ ਬਾਅਦ ਚ ਆਈ ਅੱਛਾ ਦੇਖ ਕੇ ਬਣਾਈ ਹਾਂ ਟਾਈਟਲ ਚੋਰੀ ਹੋ ਗਿਆ ਠੀਕ ਹੈ ਇੱਕ ਜੋ ਤੁਹਾਡਾ ਕਮੈਂਟ ਆਇਆ ਸੀ ਇਹਨੂੰ ਤੁਸੀਂ ਪੜੋ ਤੇ ਦੱਸੋ ਕਿ ਇਹ ਕਮੈਂਟ ਕਿਸ ਚੀਜ਼ ਉੱਤੇ ਸੀ ਤੇ ਤੁਸੀਂ ਇਹਨੂੰ ਪੋਸਟ ਕੀਤਾ ਸੀਗਾ ਹਾਂ ਇਹ ਮੁੰਡੇ ਨੇ ਮੈਨੂੰ ਮੈਸੇਜ ਕਰਿਆ ਕਿ ਤੁਹਾਡੀ ਫਿਲਮ ਦੇਖੀ ਅਸੀਂ ਮੈਨੂੰ ਬਹੁਤ ਵਧੀਆ ਲੱਗੀ ਬਾਅਦ 'ਚ ਉਹਨੇ ਓਨੈਸਟੀ ਨਾਲ ਕਿਹਾ ਕਿ ਮੈਂ ਇਹ ਕੀ ਕਹਿੰਦੇ ਹੁੰਦੇ ਆ ਉਹ ਡਾਊਨਲੋਡ ਕੀਤੀ ਦੇਖੀ ਹੈ ਪਾਇਰੇਸੀ ਜਿਹਨੂੰ ਕਹਿ ਸਕਦੇ ਹਾਂ ਕਿ ਮੈਨੂੰ ਬਾਅਦ 'ਚ ਰਿਗਰੈਟ ਹੋਇਆ ਕਿ ਇੱਦਾਂ ਦੀਆਂ ਫਿਲਮਾਂ ਨੂੰ ਓਰੀਜਨਲ ਦੇਖਣਾ ਚਾਹੀਦਾ ਤਾਂ ਉਹਨੇ ਐਕਸੈਪਟ ਕੀਤਾ ਅਤੇ ਮੈਨੂੰ ਬੜਾ ਵਧੀਆ ਲੱਗਿਆ ਵੀ ਤੂੰ ਕਮ ਸੇ ਕਮ ਮੰਨਿਆ ਤੈਨੂੰ ਇਹ ਫੀਲ ਹੋਇਆ ਕਿ ਮੈਂ ਜਿਹੜੀ ਜਾਲੀ ਤਰੀਕੇ ਨਾਲ ਇਹ ਫਿਲਮ ਦੇਖੀ ਹੈ ਪਰ ਮੈਨੂੰ ਕਹਿੰਦਾ ਸਿਨੇਮੇ 'ਚ ਦੇਖਣੀ ਚਾਹੀਦੀ ਸੀਗੀ ਤਾਂ ਮੈਨੂੰ ਬੜਾ ਵਧੀਆ ਲੱਗਿਆ ਤਾਂ ਮੈਂ ਪੋਸਟ ਕਰਿਆ ਸੀਗਾ ਵੀ ਇਹੋ ਜਿਹੀ ਇਮਾਨਦਾਰੀ ਲਈ ਚਲੋ ਅੱਜ ਗਲਤੀ ਹੋ ਗਈ ਜੇ ਪਾਇਰੇਸੀ ਬੰਦ ਹੋ ਗਈ ਤਾਂ ਮੈਨੂੰ ਲੱਗਦਾ ਬਹੁਤ ਵੱਡਾ ਹਿੱਸਾ ਪਊਗਾ ਸਾਡੀ ਇੰਡਸਟਰੀ ਉੱਪਰ ਜਾਊਗੀ ਜੇ ਸਾਨੂੰ ਸਿਨੇਮੇ 'ਚ ਦੇਖਣ ਦੀ ਆਦਤ ਪਊਗੀ ਨਾ ਜਿਹੜਾ ਆਪਾਂ ਇੱਥੇ ਪਿੱਟਦੇ ਹਾਂ ਇੰਟਰਵਿਊ ਦੇ ਕੇ ਗਰੋ ਨਹੀਂ ਕਰਦਾ ਗਰੋ ਨਹੀਂ ਕਰਦਾ ਜਿੱਦਣ ਹਰ ਫਿਲਮ ਸਿਨੇਮੇ 'ਚ ਦੇਖੀ ਗਈ ਤਾਂ ਸਾਡੀ ਇੰਡਸਟਰੀ ਬਹੁਤ ਉੱਪਰ ਜਾਊਗੀ ਅਸੀਂ ਸੌਤ ਸੌਤ ਕਹੀ ਜਾਂਦੇ ਹਾਂ ਹਰ ਗੱਲ 'ਚ ਉੱਥੋਂ ਦੇ ਲੋਕ ਜਾਂਦੇ ਆ ਉੱਥੋਂ ਦੇ ਲੋਕ ਪੈਸੇ ਸਿੱਟਦੇ ਆ ਓਕੇ ਫਿਰ ਲਾਸਟ ਮੈਂ ਇਹ ਸਿਨੇਮਾ ਨੂੰ ਹੀ ਲੈ ਕੇ ਗੱਲਬਾਤ ਕਰਦੀ ਹਾਂ ਜਿੱਦਾਂ ਅਗਰ ਇੱਕ ਮਿਡਲ ਕਲਾਸ ਫੈਮਿਲੀ ਨੇ ਆਪਣੇ ਬੱਚਿਆਂ ਦੇ ਸਮੇਤ ਆਪਣੀ ਫੈਮਿਲੀ ਸਮੇਤ ਲੈ ਕੇ ਜਾਣਾ ਹੈ ਫਿਲਮ ਦੇਖਣ ਅਤੇ ਪੌਪਕੋਰਨ ਹੋ ਗਿਆ ਕੋਲਡ ਡਰਿੰਕ ਹੋ ਗਿਆ ਫਿਲਮ ਦੀ ਟਿਕਟਾਂ ਹੋ ਗਿਆ ਇਹਨੂੰ ਲਾ ਲਗਾ ਕੇ ਉਹ ਇੱਕ ਜਾਣੇ 'ਤੇ 1000-1200 ਚੱਲ ਜਾਂਦਾ ਜੇ ਤੁਸੀਂ ਪੂਰੀ ਫੈਮਿਲੀ ਲਗਾਓ ਤਾਂ 4-5000 ਚਲਾ ਗਿਆ ਅਤੇ ਤੁਹਾਨੂੰ ਨਹੀਂ ਲੱਗਦਾ ਥੋੜ੍ਹਾ ਉੱਥੇ ਵੀ ਡਾਊਨ ਆਉਣਾ ਚਾਹੀਦਾ ਰੇਟ ਨੂੰ ਥੋੜ੍ਹਾ ਡਾਊਨ ਜਾਂ ਸਿਰਫ ਪੌਪਕੋਰਨ ਅਤੇ ਕੋਲਡ ਡਰਿੰਕ ਨੂੰ ਹੀ ਡਾਊਨ ਕਰ ਦੇਣ ਬਾਕੀ ਮੈਂ ਕਹਿੰਦਾ ਖਾਣਾ ਹੀ ਕਿਉਂ ਪੌਪਕੋਰਨ ਸਾਰੇ ਸਵਾਲ ਕਰਦੇ ਆ ਇਹ ਘਰ ਰੋਟੀ ਖਾ ਕੇ ਜਾਓ ਅਸੀਂ ਤਾਂ ਬੰਨ ਕੇ ਜਾਂਦੇ ਸੀ ਰੋਟੀਆਂ ਉਧਰ ਥੋੜੀ ਖਾਣ ਦਿੰਦੇ ਆ 2 ਘੰਟੇ ਸਫ਼ਰ ਤਾਂ ਕਰ ਹੀ ਸਕਦਾ ਬੰਦਾ ਜੇ ਤੁਹਾਨੂੰ ਲੱਗਦਾ ਉਹ ਮਹਿੰਗੇ ਆ ਤਾਂ ਤੂੰ ਨਾ ਖਾਓ ਹਨਾ ਸਗੋਂ ਪਾਣੀ ਪੀਓ ਪਾਣੀ ਤਾਂ ਫ੍ਰੀ ਹੁੰਦਾ ਨਾ ਅਸੀਂ ਤਾਂ ਰੋਟੀ ਬੰਨ ਕੇ ਲੈ ਜਾਂਦੇ ਹੁੰਦੇ ਸੀ ਜਦੋਂ ਫਿਲਮ ਦੇਖਣ ਜਾਂਦੇ ਹੁੰਦੇ ਸੀਗੇ ਵੀ ਆਹ ਖਾ ਕੇ ਦੂਜੀ 'ਚ ਵੜਾਂਗੇ ਆਹ ਵੜਾਂਗੇ ਤੁਸੀਂ ਬਾਹਰ ਜਾਂਦੇ ਹੋ ਐਂਟਰਟੇਨਮੈਂਟਲੀ ਵੀ ਹਾਂ ਅਸੀਂ ਕੁਝ ਬਾਹਰ ਜਾ ਕੇ ਖਾਵਾਂਗੇ ਪੀਵਾਂਗੇ ਤੇ ਉਹ ਤੁਸੀਂ ਉੱਥੇ ਖਾ ਲਿਆ ਜਾਂ ਬਾਹਰ ਜਾ ਕੇ ਖਾ ਲਿਆ 2 ਘੰਟੇ ਤਾਂ ਇੰਨਾ ਕਿ ਉਹ ਹੁੰਦਾ ਨਹੀਂ ਹੈਗਾ ਪਰ ਮੈਨੂੰ ਲੱਗਦਾ ਜੇ ਦੇਖੋ ਅੱਜ ਕੱਲ੍ਹ ਦੀ ਜਨਰੇਸ਼ਨ 'ਚ ਅੱਜ ਦੀ ਡੇਟ ਡਿਪਰੈਸ਼ਨ ਬਹੁਤ ਆ ਫੈਮਿਲੀਆਂ 'ਚ ਖਾਸ ਤੌਰ 'ਤੇ ਜਿਹੜੇ ਬਾਹਰ ਰਹਿੰਦੇ ਆ ਜੇ ਤੁਸੀਂ 2 ਘੰਟੇ ਜ਼ਿੰਦਗੀ 'ਚ ਭੁੱਲ ਕੇ ਇੰਜੋਏ ਕਰਦੇ ਹੋ ਤਾਂ ਫਿਰ ਇਹ ਕੀਮਤ ਕੁਛ ਵੀ ਹੈ ਨਹੀਂ ਪਰਫੈਕਟ ਇੱਕ ਹਸਪੀਟਲ ਤੋਂ ਵਧੀਆ ਇੱਕ ਫਿਲਮ ਦੇਖਣ ਇੱਕ ਫਿਲਮ ਦੇਖਣ ਜਾਓਗੇ ਤਾਂ ਮੈਨੂੰ ਲੱਗਦਾ ਇਸ ਤੋਂ ਵਧੀਆ ਆਪਾਂ ਕਿੰਨੇ ਸਵਾਲ ਉਠਾਉਂਦੇ ਆ ਇੰਡਸਟਰੀ 'ਤੇ ਜੇ ਲੋਕਡਾਊਨ 'ਚ ਟੀਵੀ ਨਾ ਚੱਲਦਾ ਹੁੰਦਾ ਤਾਂ ਸਾਰੀ ਦੁਨੀਆ ਪਾਗਲ ਹੋ ਜਾਂਦੀ ਜੇ OTT ਨਾ ਚੱਲਦਾ ਹੁੰਦਾ ਇਹੀ ਹੈ ਜਿਹੜਾ ਟੀਵੀ 'ਤੇ ਬਹਿ ਬਹਿ ਕੇ ਸਭ ਨੇ ਦੇਖਿਆ ਹੈ ਨਾ ਕਿੰਨਾ ਸੌਖਾ ਅਸੀਂ ਟਾਰਗੇਟ ਕਰ ਦਿੰਦੇ ਹਾਂ ਇੰਡਸਟਰੀ ਨੂੰ ਐਂ ਹੁੰਦਾ ਐਂ ਹੁੰਦਾ ਅਸੀਂ ਘਰਾਂ 'ਚ ਬੰਦ ਹੋ ਗਏ ਸੀ ਉਦੋਂ ਪਤਾ ਲੱਗਿਆ ਵੈਲਿਊ ਵੀ ਮੈਂ ਕਹਿੰਦਾ ਕਲੇਸ਼ ਇੰਨੇ ਪੈਂਦੇ ਸੀ ਘਰਾਂ 'ਚ ਕਿਉਂਕਿ ਜਿਹੜਾ ਹੁਣ 9-5 ਜੋਬ ਕਰਦਾ ਮਸਾਂ ਦਾ ਖਹਿੜਾ ਛਡਾਉਂਦਾ ਸੀ ਅਗਲਾ ਘਰ ਵਾਲੀ ਤੋਂ ਹੈ ਨਾ ਤਾਂ ਇੱਕ TV ਸੀ ਜਿੰਨੇ OTT ਪਲੇਟਫਾਰਮ ਸੀਗੇ ਕੰਟੈਂਟ ਜਿਨ੍ਹਾਂ ਨੇ ਸਾਨੂੰ ਜੋੜ ਕੇ ਰੱਖਿਆ
ਕਿ ਅੱਜ ਅਸੀਂ ਆਹ ਦੇਖਦੇ ਹਾਂ ਤਾਂ ਮੈਨੂੰ ਲੱਗਦਾ ਇਹਦੀ ਕੀ ਕੀਮਤ ਆ ਸਾਨੂੰ ਵੀ ਨਹੀਂ ਪਤਾ, ਅਸੀਂ ਮੈਂਟਲੀ ਤੌਰ ਤੇ ਕਿੰਨੇ ਫਰੈਸ਼ ਰਹਿੰਦੇ ਹਾਂ ਇਹ ਵੀ ਸਾਨੂੰ ਨਹੀਂ ਪਤਾ। ਸੋ ਇਹਦੀ ਇਹਦੀ ਕਦਰ ਕਰਨੀ ਚਾਹੀਦੀ ਤੁਸੀਂ ਤੇ ਦੇਖ ਲੈਣਾ ਚਾਹੀਦਾ ਸਾਰਾ ਕੁਝ ਭੁੱਲ ਕੇ ਤੁਸੀਂ ਉਹ ਟਾਈਮ ਉਹਨਾਂ फिल्म देखना बनती है एंड सारे देखेंगे एंड सुपर डुपर हिट जाने वाली है फिल्म एंड जिम्मे कह रहे हैं ना 100 करोड़ की बाजी अजकल लग रही है तो तुम्हारी फिल्म भी उत्थे तक जाएगी। थैंक यू सो मच। ਇਦਾਂ ਦੇ ਹੀ ਕਨਸੈਪਟ ਲਿਆਂਦੇ ਰਹੋ, ਵੀ ਆਰ ਮਤਲਬ ਸਾਡੀ ਜਨਰੇਸ਼ਨ ਨੂੰ ਲੋੜ ਹੈ ਇਦਾਂ ਦੇ ਕਨਸੈਪਟ। ਥੈਂਕ ਯੂ ਸੋ ਮਚ ਜੀ। ਬਿਲਕੁਲ 21 ਜੁਲਾਈ ਫਿਕਸ ਦਾ ਡੇਟ, ਸਿਰਫ 21 ਜੁਲਾਈ ਨੂੰ ਨਹੀਂ ਜਾ ਸਕਦੇ, 22, 23, 24 ਮੈਨੂੰ ਲੱਗਦਾ 2-3 ਮਹੀਨੇ ਤੱਕ ਫਿਲਮ ਲੱਗੀ ਹੈ ਅਤੇ ਜਾ ਕੇ ਦੇਖਣੀ ਜ਼ਰੂਰ ਹੈ। ਤੁਫੰਗ ਸਿਨੇਮਾ ਘਰਾਂ ਦੇ ਵਿੱਚ ਸਿਰਫ ਉਹ ਪਤਾ ਤੁਹਾਨੂੰ ਲੱਗ ਗਿਆ, ਇੱਕ ਥੈਰੇਪੀ ਹੈ ਜੋ ਇੱਕ ਫਿਲਮ ਦੇਖਣ ਜਾਂਦੇ ਹੋ ਤੁਸੀਂ ਆਪਣੇ ਮਾਇੰਡ ਨੂੰ ਸਾਰਾ ਕੁਝ ਭੁੱਲ ਕੇ ਸਿਰਫ ਉਹੀ ਚੀਜ਼ 'ਤੇ ਫੋਕਸ ਕਰਦੇ ਹੋ। ਘਰੇ ਬਹਿ ਕੇ ਦੇਖਣ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਤੁਹਾਨੂੰ ਕਦੀ ਇੱਧਰੋਂ ਆਵਾਜ਼ ਆ ਜਾਣੀ, ਕਦੀ ਇੱਧਰੋਂ ਆਵਾਜ਼ ਆ ਜਾਣੀ। ਥੀਏਟਰ ਇਜ਼ ਦਾ ਓਨਲੀ ਪਲੇਸ ਟੂ ਐਂਟਰਟੇਨ ਯੂਰਸੈਲਫ ਐਂਡ 21 ਜੁਲਾਈ ਤੂਫਾਨ ਦੇਖਦੇ ਰਹੋ ਸਿਰਫ ਪੰਜਾਬੀਅਤ। ਮੈਨੂੰ ਦੋ ਇਜਾਜ਼ਤ, ਸਤਿ ਸ਼੍ਰੀ ਅਕਾਲ।